ਬਲੈਸ ਯੂ। ਹਾਂ ਜੀ ਪ੍ਰਭੂ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਉਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਹਾਂ ਪਿਤਾ ਪਰਮੇਸ਼ਵਰ ਜੀ ਨੂੰ ਅਤੇ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਵੈਲਕਮ ਕਰਦੇ ਹਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿੱਥੇ ਵੀ ਦੋ ਜਾਂ ਤਿੰਨ ਮੇਰੇ ਨਾਂ ਦੇ ਵਿੱਚ ਇਕੱਠੇ ਹੋਣਗੇ ਉਹ ਕਹਿੰਦਾ ਮੈਂ ਉਹਨਾਂ ਦੇ ਵਿੱਚ ਹਾਂ ਆਮੀਨ। ਮੈਂ ਉਮੀਦ ਰੱਖਦੀ ਹਾਂ ਅੱਜ ਆਪਾਂ ਦੋ ਜਾਂ ਤਿੰਨ ਤੋਂ ਵੀ ਜ਼ਿਆਦਾ ਇਕੱਠੇ ਹੋਵਾਂਗੇ ਅਤੇ ਯੈਸ ਪ੍ਰਭੂ ਆਪਣੇ ਨਾਲ ਵਾ ਦੈਟਸ ਅਤੇ ਰਾਈਟ। ਅਸੀਂ ਉਹਨਾਂ ਦਾ ਪਿਤਾ ਪਰਮੇਸ਼ਰ ਦਾ ਸਵਰਗ ਦੂਤਾਂ ਦਾ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਤੁਹਾਨੂੰ ਵੀ ਬਹੁਤ ਬਹੁਤ ਨਿੱਘਾ ਸਵਾਗਤ ਕਹਿੰਦੇ ਹਾਂ ਕਿ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ ਅਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਮੈਂ ਆਮੀਨ ਆਮੀਨ ਅਤੇ ਉਮੀਦ ਰੱਖਦੀ ਹਾਂ ਤੁਸੀਂ ਆਹ ਹਫ਼ਤਾ ਬਹੁਤ ਸੋਹਣਾ ਲਿਆ ਹੋਊਗਾ ਯੈਪ। ਸਾਰੇ ਠੀਕ ਠਾਕ ਹੋਣਗੇ ਪ੍ਰਭੂ ਦੀ ਕਿਰਪਾ ਆ ਬਹੁਤ ਸਾਰੀ ਦੁਨੀਆ ਦੇ ਵਿੱਚ ਬਹੁਤ ਕਿਸਮਾਣੂ ਆ ਪਰ ਫਿਰ ਵੀ ਪਿਤਾ ਪਰਮੇਸ਼ਵਰ ਜੀ ਨੇ ਉਸ ਕਿਸਮਾਣਾ ਤੋਂ ਕੱਢ ਕੇ ਆਪਾਂ ਨੂੰ ਸਹੀ ਸਲਾਮਤ ਰੱਖਿਆ ਆ ਪਤਾ ਕਿਉਂ ਕਰਕੇ ਉਹਦੀ ਕਿਰਪਾ ਆ ਪਤਾ ਕਿਉਂ ਕਿਉਂਕਿ ਉਹ ਚਾਹੁੰਦਾ ਕਿ ਹੋਰ ਲੋਕ ਬਚ ਜਾਣ ਉਹ ਧੀਰਜ ਕਰ ਰਹੇ ਆ ਇਸ ਵੇਲੇ ਕਿ ਬਹੁਤ ਸਾਰੀਆਂ ਰੂਹਾਂ ਹੋਰ ਬਚਾਈਆਂ ਜਾ ਸਕਣ ਸੋ ਆਪਾਂ ਪਰਮੇਸ਼ਵਰ ਜੀ ਦਾ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਉਹ ਸਾਡੇ ਨਾਲ ਆ ਅਤੇ ਸਾਨੂੰ ਹਰ ਮੁਸੀਬਤ ਤੋਂ ਬਚਾ ਕੇ ਆਪਣੇ ਕੰਮਾਂ ਲਈ ਖੜਾ ਕਰ ਰਿਹਾ ਹੈ ਸੋ ਆ ਜਾਓ ਅੱਜ ਆਪਾਂ ਫਿਰ ਬਚਨ ਪੜ੍ਹਦੇ ਹਾਂ ਜਿੱਦਾਂ ਮੈਂ ਹਰ ਵਾਰੀ ਕਹਿੰਦੀ ਹੁੰਦੀ ਕਿ ਜਿਹੜਾ ਬਚਨ ਵਾ ਇਹ ਹੀ ਸਾਡੇ ਲਈ ਇੱਕ ਗੁਣਗਾਰ ਵਾ ਗੁਣਕਾਰ ਵਾ ਕਿਉਂਕਿ ਇਹਦੇ ਵਿੱਚ ਸਾਨੂੰ ਬਹੁਤ ਸਾਰੀ ਸਿੱਖਿਆ ਮਿਲਦੀ ਆ ਕਿ ਅਸੀਂ ਇਸ ਜੀਵਨ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਆ ਕਿੱਧਰ ਨੂੰ ਜਾਣਾ ਸੱਜੇ ਜਾਣਾ ਜਾਂ ਖੱਬੇ ਜਾਣਾ ਬਹੁਤ ਵਾਰੀ ਸਾਡੇ ਵਾਦ ਵਿਵਾਦ ਹੋ ਜਾਂਦੇ ਆ ਇੱਕ ਦੂਜੇ ਨਾਲ ਸਹਿਮਤੀ ਨਹੀਂ ਹੁੰਦੀ ਪਰ ਜਦੋਂ ਸਾਡੇ ਕੋਲ ਬਚਨ ਹੋਵੇ ਪਿਤਾ ਪਰਮੇਸ਼ਵਰ ਜੀ ਦਾ ਤਾਂ ਅਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਹਾਂ ਆਮੀਨ। ਕਿਉਂਕਿ ਮੇਰੇ ਖਿਆਲ ਹੋਰ ਹੋ ਸਕਦੇ ਆ ਪਾਸਟਰ ਜੀ ਦੇ ਖਿਆਲ ਹੋਰ ਸਕਦੇ ਤੁਹਾਡੇ ਹੋਰ ਪਰ ਪਿਤਾ ਪਰਮੇਸ਼ਵਰ ਜੀ ਦੇ ਬਚਨਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਫਿਰ ਅਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਹਾਂ ਸਾਡੇ ਵਿੱਚ ਜਿਹੜੇ ਵੀ ਫਰਕਵਾ ਬੈ ਜਾਂ ਅਸੀਂ ਸਹਿਮਤੀ ਨਹੀਂ ਕਰਦੇ ਉਹ ਸਭ ਕੁਛ ਫਿਰ ਇੱਕ ਪਾਸੇ ਹੋ ਜਾਂਦਾ ਅਤੇ ਅਸੀਂ ਪ੍ਰਭੂ ਦੇ ਰਾਹਾਂ ਦੇ ਵਿੱਚ ਚੱਲ ਸਕਦੇ ਆਮੀਨ ਆਮੀਨ ਸੋ ਅੱਜ ਆਪਾਂ ਪਹਿਲਾਂ ਬਚਨ ਪੜ੍ਹਦੇ ਹਾਂ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ ਅਤੇ ਉਦੋਂ ਬਾਅਦ ਆਪਾਂ ਪਾਸਟਰ ਜੀ ਨੂੰ ਕਹੋਗੇ ਕਿ ਪਾਸਟਰ ਜੀ ਆਪਾਂ ਨੂੰ ਅੱਜ ਫਿਰ ਜੋ ਪਿਤਾ ਪਰਮੇਸ਼ਵਰ ਜੀ ਨੇ ਉਹਨਾਂ ਦੇ ਦਿਲ ਵਿੱਚ ਪਾਇਆ ਬਚਨ ਉਹਦੇ ਬਾਰੇ ਸਾਨੂੰ ਸਿਖਾਲਣ ਇਹ ਇਕੱਲਾ ਪਾਸਟਰ ਜੀ ਤੁਹਾਨੂੰ ਜਾਂ ਮੈਨੂੰ ਸਿੱਖਿਆ ਦੇਣ ਵਾਸਤੇ ਨਹੀਂ ਜਿਹੜਾ ਵਚਨ ਹੁੰਦਾ ਆ ਉਹ ਬੋਲਣ ਵਾਲੇ ਲਈ ਵੀ ਹੁੰਦਾ ਹੈ ਤਾਂ ਹੀ ਪਵਿੱਤਰ ਆਤਮਾ ਉਹਨਾਂ ਨੂੰ ਦੱਸਦੇ ਹੁੰਦੇ ਆ ਕਿ ਤੁਸੀਂ ਆ ਮੇਰੇ ਲੋਕਾਂ ਨੂੰ ਟੀਚ ਕਰੋ ਕਿਉਂਕਿ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਆਮੈਂ ਜਿਸ ਤਰ੍ਹਾਂ ਮਾਂ ਖਾਣਾ ਬਣਾਉਂਦੀ ਹੈ ਉਹ ਆਪ ਵੀ ਖਾਣਾ ਉਹ ਹੀ ਖਾਂਦੀ ਆ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦਿੰਦੀ ਆ ਇਸ ਤਰ੍ਹਾਂ ਜਿਹੜਾ ਵੀ ਵਚਨ ਪ੍ਰਚਾਰ ਕੀਤਾ ਜਾਂਦਾ ਜਾਂ ਸਿਖਾਲਿਆ ਜਾਂਦਾ ਆ ਉਹ ਉਹਨਾਂ ਦੇ ਲਈ ਆਪਣੇ ਲਈ ਵੀ ਹੁੰਦਾ ਆ ਆਮੈਂ ਸੋ ਅੱਜ ਉਹ ਆਪਾਂ ਬਚਨ ਪੜ੍ਹਦੇ ਹਾਂ ਇਬਰਾਨੀਆਂ ਦੀ ਕਿਤਾਬ ਉਹਦਾ 11ਵਾਂ ਚੈਪਟਰ 17 ਤੋਂ ਲੈ ਕੇ ਆਪਾਂ 40 ਤੱਕ ਪੜ੍ਹਾਂਗੇ ਹੀਬਰੂਸ ਚੈਪਟਰ 11 ਵਰਸ 17 ਸਟਾਰਟ ਐਂਡ ਫਿਨਿਸ਼ਿੰਗ 40 ਓਕੇ ਜੀ ਇਬਰਾਨੀਆਂ ਦੀ ਕਿਤਾਬ 11ਵਾਂ ਚੈਪਟਰ 17ਵੀਂ ਆਇਤ ਤੋਂ ਲੈ ਕੇ ਪੜ੍ਹਨ ਲੱਗੀ ਹਾਂ ਨੇਚਾ ਨਾਲ ਅਬਰਾਹਮ ਨੇ ਜਦ ਪਰਤਾਇਆ ਗਿਆ ਤਾਂ ਇਸਾਹਕ ਨੂੰ ਬਲੀਦਾਨ ਲਈ ਚੜ੍ਹਾਇਆ ਹਾਂ ਆਪਣੇ ਇਕਲੌਤੇ ਨੂੰ ਉਹ ਜਿਹਨੂੰ ਵਾਅਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ ਅਤੇ ਜਿਹਨੂੰ ਇਹ ਆਖਿਆ ਗਿਆ ਸੀ ਆਖਿਆ ਗਿਆ ਵੀ ਇਸਾਹਕ ਤੋਂ ਤੇਰੀ ਅੰਸ਼ ਅਖਵਾਵੇਗੀ ਕਿਉਂ ਜੋ ਉਹਨੇ ਵਿਚਾਰ ਕੀਤਾ ਜੋ ਪਰਮੇਸ਼ਰ ਮੁਰਦਿਆਂ ਵਿੱਚੋਂ ਵੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹਨੇ ਮਾਨੋ ਉਹਨੂੰ ਪ੍ਰਾਪਤ ਵੀ ਕਰ ਲਿਆ ਨਿਸ਼ਚਾ ਦੇ ਨਾਲ ਇਸਾਹਕ ਨੇ ਹੋਣ ਵਾਲੀਆਂ ਗੱਲਾਂ ਦੇ ਵਿਖੇ ਵੀ ਜਕੂਬ ਅਤੇ ਇਸਾਊ ਨੂੰ ਅਸੀਸ ਦਿੱਤੀ ਨਿਸ਼ਚਾ ਦੇ ਨਾਲ ਜਕੂਬ ਨੇ ਮਰਨ ਲੱਗਿਆਂ ਯੂਸਫ ਦੇ ਪੁੱਤਰਾਂ ਨੂੰ ਇੱਕ ਇੱਕ ਕਰਕੇ ਅਸੀਸ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ ਨਿਸ਼ਚਾ ਨਾਲ ਯੂਸਫ ਨੇ ਆਪਣੇ ਅੰਤ ਕਾਲ ਦੇ ਵੇਲੇ ਇਸਰਾਇਲੀਆਂ ਦੇ ਉੱਥੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ ਨੇਚਾ ਦੇ ਨਾਲ ਜਾਂ ਮੂਸਾ ਜੰਮਿਆ ਤਾਂ ਉਹਦੇ ਮਾਪਿਆਂ ਨੇ ਉਹਨੂੰ 3 ਮਹੀਨਿਆਂ ਤੱਕ ਲੁਕਾ ਰੱਖਿਆ ਕਿਉਂ ਜੋ ਉਹਨਾਂ ਵੇਖਿਆ ਵੀ ਬਾਲਕ ਸੋਹਣਾ ਹੈ
ਅਤੇ ਉਹ ਪਾਤਸ਼ਾਹ ਦੇ ਫਰਮਾਨ ਤੋਂ ਨਾ ਡਰੇ। ਨਿਸ਼ਚਾ ਦੇ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫਿਰਾਉਨ ਦੀ ਧੀ ਦਾ ਪੁੱਤਰ ਖਵਾਉਣ ਤੋਂ ਇਨਕਾਰ ਕੀਤਾ, ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਦੇ ਨਾਲ ਜਬਰੀ ਝੱਲਣ ਨੂੰ ਬਾਲਾ ਪਸੰਦ ਕੀਤਾ। ਅਤੇ ਉਹਨੇ ਵਿਚਾਰ ਕੀਤਾ ਵੀ ਮਸੀਹ ਦੇ ਨਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ। ਨਿਸ਼ਚਾ ਨਾਲ ਉਹਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਅਲੱਖ ਜਾਣੀ ਦਾ ਲੱਖ ਕੇ ਤਕੜਾ ਰਿਹਾ। ਨਿਸ਼ਚਾ ਦੇ ਨਾਲ ਉਹਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਭਈ ਨਾ ਹੋਵੇ ਜੋ ਪਲੂਠਿਆਂ ਦਾ ਨਾਸ਼ ਕਰਨ ਵਾਲਾ ਉਹਨਾਂ ਨੂੰ ਹੱਥ ਲਾਵੇ। ਨਿਸ਼ਚਾ ਦੇ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਦੀ ਜਿਵੇਂ ਸੁੱਕੀ ਜ਼ਮੀਨ ਉੱਤੇ ਦੀ ਪਾਰ ਲੰਘ ਗਏ, ਪਰ ਇਹਦਾ ਜਾਂ ਮਿਸਰੀਆਂ ਨੇ ਉੱਦਮ ਕੀਤਾ ਤਾਂ ਡੁੱਬ ਮੋਏ। ਨਿਸ਼ਚਾ ਦੇ ਨਾਲ ਯਰੀਹੋ ਦੀ ਸਫੀਲ ਜਾਂ 7 ਦਿਨਾਂ ਦੀ ਘੇਰੀ ਗਈ ਤਾਂ ਢਹਿ ਪਈ। ਨਿਸ਼ਚਾ ਦੇ ਨਾਲ ਰਹਾਬ ਬੇਸਵਾ ਬੇਪ੍ਰਤੀਤੀਆਂ ਦੇ ਸੰਗ ਨਾਸ਼ ਨਾ ਹੋਈ, ਕਿਉਂ ਜੋ ਉਹਨੇ ਖੋਜਿਆਂ ਨੂੰ ਸੁੱਖ ਸਾਨ ਨਾਲ ਆਪਣੇ ਘਰ ਉਤਾਰੇ। ਹੁਣ ਮੈਂ ਹੋਰ ਕੀ ਆਖਾਂ, ਕਿਉਂ ਜੋ ਵੇਲ ਨਹੀਂ ਵੀ ਗਿਦਾਉਨ, ਬਾਰਕ, ਸਮਸੂਨ, ਜਿਫਤਾ, ਦਾਊਦ, ਸੈਮੀਅਲ ਅਤੇ ਨਵੀਆਂ ਦੀ ਵਾਰਤਾ ਕਰਾਂ, ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਓ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲਤਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਪੋਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ, ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫਿਰ ਜੀ ਉੱਠਿਆ ਹੋਇਆ ਨੂੰ ਲੱਭਿਆ, ਕਈ ਡਾਂਗਾਂ ਨਾਲ ਜਾਨੋ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ, ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ਅਤੇ ਕਈ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ, ਉਹ ਪਥਰਾਓ ਕੀਤੇ ਗਏ, ਆਰੀਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਢਕੇ ਗਏ, ਕੰਗਾਲਾਂ ਅਤੇ ਦੁਖੀ ਹੋਏ ਅਤੇ ਜਬਰੀ ਚੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ, ਉਹ ਉਜਾੜਾਂ ਅਤੇ ਪਹਾੜਾਂ ਦੇ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਰਹੇ ਅਤੇ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨਿਸ਼ਚਾ ਦੇ ਕਾਰਨ ਸਾਖੀ ਦਿੱਤੀ ਗਈ, ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ, ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਤੋਂ ਬਿਨਾਂ ਕਾਮਿਲ ਨਾ ਹੋਣ। ਆਮੇਨ ਆਮੇਨ। ਪਰਮੇਸ਼ੁਰ ਇਸ ਬਚਨ ਦੇ ਉੱਤੇ ਪੜ੍ਹੇ ਜਾਣ 'ਤੇ ਬਰਕਤ ਪਾਵੇ ਅਤੇ ਆਪਾਂ ਇਹਨੂੰ ਸਮਝ ਸਕੀਏ ਕਿ ਨਿਸ਼ਚਾ ਦੇ ਨਾਲ ਕੀ ਕੁਛ ਹੋ ਸਕਦਾ। ਅੱਜ ਅਸੀਂ ਜੋ ਬਚਨ ਦੇ ਵਿੱਚ ਬਾਈਬਲਾਂ ਦੇ ਵਿੱਚ ਕਹਾਣੀਆਂ ਪੜ੍ਹਦੇ ਹਾਂ ਉਹ ਲੋਕਾਂ ਨੇ ਨਿਸ਼ਚਾ ਰੱਖ ਕੇ ਹੀ ਪ੍ਰਾਪਤ ਕੀਤੀਆਂ ਜਦੋਂ ਪਰਮੇਸ਼ੁਰ ਜੀ ਨੇ ਉਹਨਾਂ ਨੂੰ ਬਚਨ ਦਿੱਤੇ। ਸੋ ਇੱਥੋਂ ਆਪਾਂ ਇਹ ਸਿੱਖ ਸਕਦੇ ਹਾਂ ਕਿ ਜਿਹੜੇ ਪਰਮੇਸ਼ੁਰ ਜੀ ਨੇ ਅੱਜ ਸਾਨੂੰ ਬਚਨ ਦਿੱਤੇ ਅਸੀਂ ਵੀ ਉਹਨਾਂ 'ਤੇ ਨਿਸ਼ਚਾ ਰੱਖੀਏ ਕਿ ਉਹ ਸਮਰਥ ਵਾ, ਸਭ ਕੁਛ ਕਰਨ ਨੂੰ ਤਾਕਤ ਰੱਖਦਾ ਆ ਅਤੇ ਉਹ ਆਪਣੇ ਬੋਲ ਤੋਂ ਕਦੀ ਵੀ ਟਾਲਦਾ ਨਹੀਂ ਹੈਗਾ। ਆਮੇਨ। ਸੋ ਆ ਜਾਓ ਆਪਾਂ ਪ੍ਰਾਰਥਨਾ ਕਰਦੇ ਹਾਂ ਅਤੇ ਉਦੋਂ ਬਾਅਦ ਆਪਾਂ ਬਚਨ ਦੀ ਵੱਲ ਜਾਂਦੇ ਹਾਂ। ਸਾਰੇ ਜਣੇ ਆਪਾਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ, ਆਪਣੇ ਦਿਲ ਖਾਲੀ ਕਰਦੇ ਹਾਂ ਪ੍ਰਭੂ ਦੇ ਅੱਗੇ। ਜੋ ਵੀ ਤੁਹਾਡੇ ਕੋਲ ਬੋਝ ਹੋਇਆ ਇਸ ਵੇਲੇ ਉਹ ਸਾਰੇ ਬੋਝ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਲੈ ਆਓ ਅਤੇ ਆਪਾਂ ਹਲਕੇ ਹੋ ਕੇ ਪ੍ਰਭੂ ਦੇ ਵਚਨ ਨੂੰ ਸੁਣੀਏ। ਸੱਚੇ ਪਿਤਾ ਪਰਮੇਸ਼ੁਰ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਬੂਹਾ ਖੋਲ੍ਹਿਆ ਜਿਹਦੇ ਨਾਲ ਅਸੀਂ ਤੁਹਾਡੇ ਕੋਲ ਆ ਸਕਦੇ ਹਾਂ, ਤੁਹਾਨੂੰ ਪਿਤਾ ਕਹਿ ਸਕਦੇ ਹਾਂ। ਉਹ ਬੂਹਾ ਹੈਗਾ ਯਿਸੂ ਮਸੀਹ, ਉਸੇ ਬੂਹੇ ਦੇ ਥਾਣੀ ਅਸੀਂ ਤੁਹਾਡੇ ਕੋਲ ਵੜ ਸਕਦੇ ਹਾਂ ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ, ਧੰਨਵਾਦ ਕਰਦੇ ਤੁਹਾਡੇ ਬਚਨਾਂ ਵਾਸਤੇ ਜੋ ਤੁਸੀਂ ਸਾਨੂੰ ਬਚਨ ਦਿੱਤੇ ਆ। ਪ੍ਰਭੂ ਜੀ, ਅਸੀਂ ਅੱਜ ਪ੍ਰਾਰਥਨਾ ਕਰਦੇ ਕਿ ਇਸ ਬਚਨਾਂ ਨੂੰ ਸਾਨੂੰ ਸਮਝਣ ਦੀ ਬਹੁਤ ਅਕਲ ਦੇਣੀ, ਔਰ ਜਦੋਂ ਪਾਸਟਰ ਜੀ ਬੋਲਦੇ ਆ ਪਿਤਾ ਪ੍ਰਭੂ ਜੀ, ਤੁਹਾਡਾ ਮਸਾ ਇਹਨਾਂ 'ਤੇ ਠਹਿਰੇ ਕਿ ਜੋ ਵੀ ਇਹ ਬੋਲਣ ਤੁਹਾਡੇ ਵੱਲੋਂ ਹੋਵੇ, ਔਰ ਸਾਡੇ ਕੰਨ ਖੋਲ੍ਹਣੇ ਕਿ ਅਸੀਂ ਸੁਣ ਸਕੀਏ, ਔਰ ਜਦੋਂ ਅਸੀਂ ਸੁਣਦੇ ਹਾਂ ਇਹਨੂੰ ਆਪਣੇ ਜੀਵਨ ਦੇ ਵਿੱਚ ਵਰਤਣ ਵਾਲੇ ਬਣ ਸਕੀਏ, ਤਾਂ ਕਿ ਜਿਹੜੀ ਬਲੈਸਿੰਗ ਤੁਸੀਂ ਸਾਨੂੰ ਦੇਣਾ ਚਾਹੁੰਦੇ ਹਾਂ ਉਹ ਸਾਨੂੰ ਮਿਲ ਸਕੇ।
ਕਿ ਪਿਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਕਿ ਤੁਸੀਂ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਸਭ ਕੁਛ ਉਹਨਾਂ ਨੂੰ ਦਿੰਦੇ ਔਰ ਸਿਖਾਲਦੇ ਆ ਅਤੇ ਅੱਜ ਜਿੰਨੇ ਵੀ ਤੇਰੇ ਲੋਕ ਤੇਰੇ ਕੋਲ ਆਏ ਆ ਪ੍ਰਭੂ ਉਹਨਾਂ ਦੇ ਕੋਲ ਜੋ ਵੀ ਬੋਝ ਆ ਉਹਨਾਂ ਦੇ ਐਸੇ ਵੇਲੇ ਉਹ ਬੋਝ ਵੀ ਜਾਂਦੇ ਰਹਿਣ ਅਤੇ ਪ੍ਰਭੂ ਜੀ ਉਹ ਫਰੀ ਹੋ ਕੇ ਤੇਰੇ ਵਚਨ ਨੂੰ ਸਮਝ ਸਕਣ ਔਰ ਬੈਰੀ ਉਹਨਾਂ ਦੀ ਸਮਝ ਨੂੰ ਬੰਦ ਨਾ ਕਰੇ ਅਤੇ ਬੈਰੀ ਉਸ ਵਚਨ ਨੂੰ ਵੀ ਚੁਰਾ ਨਾ ਸਕੇ। ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਅਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਹਾਂ, ਆਪਣੇ ਪਿਤਾ ਦੇ ਕੋਲ ਉੱਥੇ ਪਾਉਂਦੇ ਹਾਂ। ਆਮੇਨ ਆਮੇਨ ਆਮੇਨ। ਹਾਂਜੀ, ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਆਪਾਂ ਇੱਕ ਵਾਰ ਫਿਰ ਆਪਣੇ ਨੂੰ ਮੌਕਾ ਮਿਲਿਆ ਵੀ ਆਪਾਂ ਸਟੱਡੀ ਕਰਦੇ ਆਏ ਹਾਂ, ਮਾਊਂਟਨ ਮੂਵਿੰਗ ਫੇਥ ਦੇ ਬਾਰੇ ਗੱਲ ਕਰਦੇ ਆਏ ਹਾਂ, ਜਿਹੜੀ ਯਿਸੂ ਮਸੀਹ ਨੇ ਮਾਰਕਸ ਦੀ ਕਿਤਾਬ ਦੇ ਵਿੱਚ ਦ ਬੁੱਕ ਆਫ ਮਾਰਕ ਚੈਪਟਰ 11 ਦੇ ਵਿੱਚ ਦੱਸਿਆ ਸੀ, ਉਹਦੇ ਬੇਸਿਸ ਲੈ ਕੇ ਆਪਾਂ ਉੱਥੋਂ ਸਿੱਖਦੇ ਆਏ ਹਾਂ। ਪਰ ਜਦੋਂ ਮੈਂ ਦੁਨੀਆ 'ਤੇ ਅੱਜ ਚਾਰ ਚੁਫੇਰੇ ਦੇਖਦਾ ਹਾਂ, ਇਹ ਮੈਸੇਜ ਅੱਜ ਵਾਸਤੇ ਐਨ ਸਹੀ ਆ, ਕਿਉਂਕਿ ਜੋ ਕੁਛ ਅੱਜ ਪਾਸ ਦੁਨੀਆ ਦੇ ਵਿੱਚ ਹੋ ਰਿਹਾ ਆ ਬਹੁਤ ਜ਼ਿਆਦਾ ਭਾਰੀ ਆਈ ਆ, ਬਹੁਤ ਪ੍ਰੋਬਲਮਸ ਆਈਆਂ ਆ ਅਤੇ ਹਾਲੇ ਹੋਰ ਵੀ ਆਉਣ ਵਾਲੀਆਂ, ਅਤੇ ਸਾਨੂੰ ਨੇਚਰ ਦੇ ਨਾਲ ਅਸੀਂ ਜਦੋਂ ਪਰਮੇਸ਼ੁਰ ਨਾਲ ਚੱਲਾਂਗੇ ਸਾਡੀਆਂ ਲੋੜਾਂ ਪੂਰੀਆਂ ਹੋਣਗੀਆਂ। ਦੁਨੀਆ ਜ਼ਰੂਰ ਦੁੱਖ ਤਕਲੀਫ ਦੇ ਵਿੱਚ ਆਊਗੀ, ਪਰ ਜੇ ਅਸੀਂ ਯਿਸੂ ਮਸੀਹ 'ਤੇ ਭਰੋਸਾ ਰੱਖਣ ਵਾਲੇ ਹਾਂ ਅਤੇ ਅਸੀਂ ਮਾਊਂਟਨ ਮੂਵਿੰਗ ਫੇਥ ਸਿੱਖ ਲਈ ਆ, ਅਤੇ ਫਿਰ ਅਸੀਂ ਫਤਿਹ ਪਾਵਾਂਗੇ। ਆਮੇਨ। ਫਿਰ ਅਸੀਂ ਇਕੱਲੇ ਆਪਣੇ ਵਾਸਤੇ ਨਹੀਂ, ਅਸੀਂ ਦੂਸਰਿਆਂ ਦੀ ਵੀ ਮਦਦ ਕਰ ਸਕਾਂਗੇ। ਜੇ ਅਸੀਂ ਮਾਊਂਟਨ ਮੂਵਿੰਗ ਫੇਥ ਸਿੱਖੀ ਨਹੀਂ ਹੈਗੀ, ਫਿਰ ਅਸੀਂ ਦੂਸਰਿਆਂ 'ਤੇ ਕੀ ਮਦਦ ਕਰਨੀ, ਅਸੀਂ ਆਪ ਹੀ ਪ੍ਰੋਬਲਮ ਦੇ ਵਿੱਚ ਹੋਣਾ ਹੈ। ਇਸ ਕਰਕੇ ਬਹੁਤ ਖਾਸ ਸੀਗਾ ਜੋ ਮੈਸੇਜ ਆਪਾਂ ਸਿੱਖਦੇ ਆਏ ਹਾਂ। ਅੱਜ 6ਵਾਂ ਮੈਸੇਜ ਆ, ਅਖੀਰਲਾ ਮੈਸੇਜ ਆ, ਅਤੇ ਜੋ ਜੋ ਤੁਸੀਂ ਨਹੀਂ ਸੁਣਿਆ, ਜੇ ਤੁਸੀਂ ਨਹੀਂ ਤੁਹਾਡੇ ਅੰਦਰ ਬੈਠਾ ਹੈਗਾ, ਓਲ ਨੇਸ਼ਨ ਪੰਜਾਬੀ ਫੇਸਬੁੱਕ 'ਤੇ ਹੈਗਾ ਆ, 6 ਮੈਸੇਜ ਹੈਗੇ ਆ, 2 ਸੁਰਿੰਦਰ ਦੇ ਵੀ ਹੈਗੇ, ਸੋ 8 ਮੈਸੇਜ ਉੱਥੇ ਹੈਗੇ ਆ ਜਿਹੜੇ ਤੁਸੀਂ ਮੁੜ ਕੇ ਫੇਸ ਸੁਣ ਸਕਦੇ ਹੋ, ਜਿਹਦੇ ਨਾਲ ਤੁਹਾਡੇ ਤੁਸੀਂ ਸਿੱਖ ਸਕਦੇ ਆ ਮਾਊਂਟਨ ਮੂਵਿੰਗ ਫੇਥ ਕਿੱਦਾਂ ਕੰਮ ਕਰਦੀ ਆ। ਫਿਰ ਜਦੋਂ ਹੁਣ ਟਾਈਮ ਸਿੱਖਣ ਦਾ, ਕਰਕੇ ਹੁਣ ਜਿਹੜੀ ਭਾਰੀ ਆਉਣ ਵਾਲੀ ਆ ਉਹਦੇ ਵਾਸਤੇ ਜੇ ਅਸੀਂ ਰੈਡੀ ਨਾ ਹੋਏ ਤਾਂ ਉਦੋਂ ਜਾ ਕੇ ਔਖਾ ਹੋ ਜਾਣਾ। ਮੈਂ ਮੀਟਿੰਗ ਤੋਂ ਪਹਿਲਾਂ ਹੀ ਸਿਰਦੇ ਨਾਲ ਗੱਲਾਂ ਕਰਦਾ ਸੀ, 30% ਜਾਂ ਇੱਕ ਤੀਜਾ ਹਿੱਸਾ ਜਿਹੜਾ ਕਣਕ ਦਾ ਦੁਨੀਆ ਦਾ ਹੁੰਦਾ ਉਹ ਰਸ਼ੀਆ ਦੇ ਵਿੱਚੋਂ ਅਤੇ ਯੂਕਰੇਨ ਦੇ ਵਿੱਚੋਂ ਆਉਂਦਾ ਆ, ਕਰਕੇ ਉਹ ਇਸ ਵੇਲੇ ਲੜਾਈ ਦੇ ਵਿੱਚ ਲੱਗੇ ਆ। ਮੁਲਕ ਕਹਿੰਦੇ ਅਸੀਂ ਰਸ਼ੀਆ ਤੋਂ ਕੋਲੋਂ ਕੁਛ ਨਹੀਂ ਲੈਣਾ, ਉਹਦੀਆਂ ਚੀਜ਼ਾਂ ਬੰਦ ਕਰ ਦੇਣੀਆਂ। ਇਹਦਾ ਮਤਲਬ ਇਹ ਆ ਦੁਨੀਆ ਦੇ ਵਿੱਚ ਇੱਕ ਤੀਜਾ ਹਿੱਸਾ ਕਣਕ ਦਾ ਘੱਟ ਜਾਣਾ, ਸੋ ਕੀ ਹੋਣਾ, ਚੀਜ਼ਾਂ ਦੀ ਕੀਮਤ ਆਲਰੇਡੀ ਬਹੁਤ ਜ਼ਿਆਦਾ ਵਧੀ ਹੋਈ ਆ, ਉਦੋਂ ਵੀ ਜ਼ਿਆਦਾ ਹੋ ਜਾਣੀ ਆ, ਲੋਕਾਂ ਨੇ ਭੁੱਖੇ ਮਾਰ ਲੱਗ ਪੈਣਾ। ਇਸ ਕਰਕੇ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਆ, ਜਦੋਂ ਅਸੀਂ ਬਿਲੀਵ ਕਰਦੇ ਹਾਂ ਮਾਊਂਟਨ ਮੂਵਿੰਗ ਫੇਸ ਸਿੱਖਦੇ ਹਾਂ ਅਤੇ ਪ੍ਰਭੂ ਆਪਣੀਆਂ ਫਿਰ ਲੋੜਾਂ ਪੂਰੀਆਂ ਕਰਦਾ ਜਦੋਂ ਅਸੀਂ ਬਿਲੀਵ ਕਰਦੇ ਹਾਂ। ਸੋ ਬਹੁਤ ਖਾਸ ਮੈਸੇਜ ਆ, ਇਸ ਟਾਈਮ ਵਾਸਤੇ ਮੈਸੇਜ ਆ, ਮਿਸ ਨਹੀਂ ਕਰਨਾ, ਦੂਸਰਿਆਂ ਨੂੰ ਵੀ ਭੇਜਣਾ ਅਤੇ ਉਹ ਵੀ ਸਿੱਖ ਲੈਣ, ਅਤੇ ਉਹ ਵੀ ਜਿਹੜੀ ਇਹ ਭਾਰੀਆਂ ਚੀਜ਼ਾਂ ਆਉਣ ਵਾਲੀਆਂ, ਜਿਹੜੀਆਂ ਦੁੱਖ ਦੀਆਂ ਚੀਜ਼ਾਂ ਆਉਣ ਵਾਲੀਆਂ, ਅਸੀਂ ਆਪ ਵੀ ਬਚ ਸਕੀਏ, ਉਦੋਂ ਵੀ ਵੱਧ ਕੇ ਅਸੀਂ ਦੂਸਰਿਆਂ ਦੀ ਵੀ ਮਦਦ ਕਰ ਸਕੀਏ। ਸੋ ਜ਼ਰੂਰ ਇਹ ਮੈਸੇਜ ਦੂਸਰਿਆਂ ਨੂੰ ਭੇਜਣਾ, ਅਖੀਰਲਾ ਮੈਸੇਜ ਆ। ਸੋ ਇਹਦੇ ਬਾਰੇ ਮੈਂ ਕਿਹਾ ਵੀ ਇਹਦਾ ਟਾਈਟਲ ਇਹ ਰੱਖਿਆ, ਚੈਕਿੰਗ ਯੋਰ ਫੇਥ, ਤੁਹਾਡੀ ਨੇਚਰ ਚੈੱਕ ਕਰਨੀ ਵੀ ਤੁਸੀਂ ਨੇਚਰ ਦੇ ਵਿੱਚ ਹੈਗੇ ਵੀ। ਕਈ ਵਾਰੀ ਅਸੀਂ ਸਮਝਦੇ ਹੁੰਦੇ ਅਸੀਂ ਨੇਚਰ ਦੇ ਵਿੱਚ ਹੀ ਹਾਂ, ਅੱਜ ਆਪਾਂ ਚੈੱਕ ਕਰਨਾ ਆ ਅਤੇ ਤੁਹਾਨੂੰ ਪਤਾ ਲੱਗ ਜਾਣਾ ਬਈ ਤੁਸੀਂ ਨੇਚਰ ਦੇ ਵਿੱਚ ਆ ਕਿ ਨਹੀਂ ਨੇਚਰ ਦੇ ਵਿੱਚ ਹੈਗੇ। ਸੋ ਦੋ ਚੀਜ਼ਾਂ ਦਾ ਭੁਲੇਖਾ ਪੈ ਜਾਂਦਾ ਆ। ਕਈ ਵਾਰੀ ਅਸੀਂ ਉਮੀਦ ਦੇ ਵਿੱਚ ਹੁੰਦੇ ਹਾਂ, ਹੋਪ ਦੇ ਵਿੱਚ ਹੁੰਦੇ ਹਾਂ, ਅਤੇ ਸਾਡੇ ਖਿਆਲ 'ਚ ਨੇਚਰ ਹੁੰਦੀ ਆ। ਸੋ ਇਹ ਸਵਾਲ ਅਸੀਂ ਪਹਿਲਾਂ ਪੁੱਛਦੇ ਹਾਂ, ਆਰ ਯੂ ਇਨ ਫੇਥ ਔਰ ਆਰ ਯੂ ਇਨ ਹੋਪ, ਤੁਸੀਂ ਨੇਚਰ ਦੇ ਵਿੱਚ ਆ ਕਿ ਤੁਸੀਂ ਉਮੀਦ ਦੇ ਵਿੱਚ ਆ, ਕਿੱਦਾਂ ਉਹਦਾ ਪਤਾ ਲੱਗਦਾ, ਬਹੁਤ ਸਕਾਲਾ ਆ। ਜੇ ਅਸੀਂ ਉਮੀਦ ਦੇ ਵਿੱਚ ਆ ਇਹਦਾ ਮਤਲਬ ਹੁੰਦਾ ਅਸੀਂ ਉਡੀਕਦੇ ਹਾਂ ਸਾਡੀਆਂ ਲੋੜਾਂ
ਗਾਹਾਂ ਫਿਊਚਰ ਦੇ ਵਿੱਚ ਕਦੇ ਨਾ ਕਦੇ ਪੂਰੀਆਂ ਹੋ ਜਾਣੀਆਂ। ਜੇ ਅਸੀਂ ਅੱਜ ਬਿਮਾਰ ਹਾਂ ਅਤੇ ਅਸੀਂ ਨੇਚਰ ਰੱਖਦੇ ਹਾਂ ਜਾਂ ਅਸੀਂ ਹੋਪ ਰੱਖਦੇ ਹਾਂ ਕਦੇ ਨਾ ਕਦੇ ਠੀਕ ਹੋ ਜਾਣਾ। ਜੇ ਅਸੀਂ ਬਚਨ 'ਚ ਬਿਲੀਵ ਕਰਦੇ ਹਾਂ ਜਿਹੜਾ ਸਾਨੂੰ ਕਹਿੰਦਾ ਯਿਸੂ ਮਸੀਹ ਦੇ ਮਾਰ ਖਾਣ ਤੁਸੀਂ ਨੋਏ ਕੀਤੇ ਗਏ ਆ, ਉਹ ਕਹਿੰਦੇ ਸਾਨੂੰ ਹੁਣ ਮਿਲ ਗਈ ਆ। ਸੋ ਨੇਚਰ ਹਰ ਵੇਲੇ ਕਹਿੰਦੀ ਆ ਤੁਹਾਨੂੰ ਹੁਣ ਮਿਲ ਗਈ ਆ। ਹੋਪ ਉਮੀਦ ਕਹਿੰਦੀ ਗਾਹਾਂ ਕਿਤੇ ਮਿਲ ਜੂਗੀ। ਓਕੇ, ਸੋ ਇੱਥੇ ਸਾਡੇ ਵਾਸਤੇ ਬਹੁਤ ਜ਼ਰੂਰਤ ਹੈ ਅਸੀਂ ਦੇਖਣ ਨੂੰ ਅਸੀਂ ਕਿੱਥੇ ਹਾਂ। ਜੇ ਅਸੀਂ ਸਹੀ ਜਗ੍ਹਾ 'ਚ ਨਹੀਂ ਹੈਗੇ, 2 ਸਕਿੰਟ ਲੱਗਣੇ, ਤੁਸੀਂ ਸਹੀ ਜਗ੍ਹਾ 'ਚ ਆ ਸਕਦੇ ਹਾਂ। ਓਕੇ, ਸੋ ਉਹਦੇ ਬਾਰੇ ਆਪਾਂ ਥੋੜ੍ਹੀ ਦੇਖਣਗੇ। ਸੋ ਪਹਿਲੀ ਚੀਜ਼ ਸੀਗੀ ਆਪਾਂ ਸਿੱਖ ਦੇਖਣਾ ਅਸੀਂ ਨੇਚਰ ਦੇ ਵਿੱਚ ਹਾਂ ਕਿ ਹੋਪ ਦੇ ਵਿੱਚ ਹਾਂ। ਓਕੇ, ਅਮਾਨ ਦੇ ਵਿੱਚ ਹਾਂ ਕਿ ਉਮੀਦ ਦੇ ਵਿੱਚ ਹਾਂ। ਓਕੇ, ਸੋ ਇਹ ਪਹਿਲੀ ਚੀਜ਼ ਆਪਾਂ ਦੇਖਦੇ। ਦੂਸਰੀ ਚੀਜ਼ ਜਿਹੜੀ ਦੇਖਦੇ ਹਾਂ, ਵਾਟ ਇਜ਼ ਯੋਰ ਫੇਥ ਬੇਸਡ ਔਨ। ਤੁਹਾਡੀ ਜਿਹੜੀ ਨੇਚਰ ਆ, ਜਿਹੜੀ ਤੁਸੀਂ ਕਹਿੰਦੇ ਤੁਹਾਡੇ ਕੋਲ ਨੇਚਰ ਹੈਗੀ ਆ, ਉਹ ਕਿਹੜੀ ਚੀਜ਼ ਦੇ ਉੱਤੇ ਰੱਖੀ ਹੋਈ ਆ? ਓਕੇ, ਜੇ ਅਸੀਂ ਉਹ ਆਪਣੀ ਮਨ ਦੀਆਂ ਚੀਜ਼ਾਂ ਦੇ ਵਿੱਚ ਰੱਖੀ ਹੋਈ ਆ ਤੇ ਉਹ ਸਾਊਂਡ ਗਰਾਊਂਡ 'ਤੇ ਨਹੀਂ ਹੈਗੀ, ਉਹ ਪੱਕੀ ਜਗ੍ਹਾ 'ਤੇ ਨਹੀਂ ਹੈਗੀ। ਨੇਚਰ ਸਾਡੀ ਨੀਂਹ ਹੁੰਦੀ ਆ, ਜੇ ਸਾਡੀ ਨੀਂਹ ਨਹੀਂ ਪੱਕੀ ਹੈਗੀ ਤੇ ਅਸੀਂ ਹਿੱਲ ਜਾਣਾ ਆ। ਪਤਾ ਕਦੋਂ ਲੱਗਦਾ? ਜਦੋਂ ਤੂਫਾਨ ਆਵੇ। ਜੇ ਅਸੀਂ ਕਿਸੇ ਮਕਾਨ ਵੱਲ ਦੇਖੀਏ, ਦੇਖਣ ਨੂੰ ਬਹੁਤ ਸੋਹਣਾ ਲੱਗਦਾ ਆ, ਉਹਦੇ ਵਿੱਚੋਂ ਸਾਨੂੰ ਰੀਣ ਪਤਾ ਨਹੀਂ ਲੱਗਦਾ ਹੈਗਾ ਵੀ ਉਹਦੀ ਨੀਂਹ ਕਿੱਦਾਂ ਦੀ ਆ। ਹੋ ਸਕਦਾ ਉੱਤੋਂ ਬਹੁਤ ਸੋਹਣਾ ਲੱਗਦਾ ਪਰ ਨੀਂਹ ਉਹਨੀ ਹਾਲ ਨਾਲ ਰੱਖੀ ਨਹੀਂ ਸੀਗੀ। ਸੋ ਫਿਰ ਕੀ ਹੋਣਾ? ਜਦੋਂ ਉੱਥੇ ਹਨੇਰੀ ਆਉਣੀ ਆ, ਜਦੋਂ ਪਾਣੀ ਦਾ ਹੜ੍ਹ ਆਉਣਾ ਆ, ਜਦੋਂ ਤੂਫਾਨ ਆਉਣਾ ਆ, ਤੇ ਉਹ ਮਕਾਨ ਨੇ ਢਹਿ ਜਾਣਾ ਆ। ਸੋ ਕੀ ਹੋਣਾ? ਉਹ ਉੱਥੇ ਸਾਨੂੰ ਦੇਖਣ ਦੀ ਜ਼ਰੂਰਤ ਆ। ਸੋ ਸਾਨੂੰ ਦੇਖਣ ਦੀ ਜ਼ਰੂਰਤ, ਸਾਡੀ ਨੇਚਰ ਕਾਹਦੇ ਉੱਤੇ ਆ? ਓਕੇ, ਸੋ ਸਾਡੀ ਨੇਚਰ ਚਾਹੀਦੀ ਕਾਹਦੇ ਉੱਤੇ ਆ? ਪ੍ਰਭੂ ਦੇ ਬਚਨ ਉੱਤੇ। ਦੋ ਤਰ੍ਹਾਂ ਦੇ ਪ੍ਰਭੂ ਦੇ ਬਚਨ ਹੁੰਦੇ ਆ। ਇੱਕ ਤਾਂ ਹੁੰਦਾ ਬਈ ਪ੍ਰਭੂ ਦੇ ਬਾਈਬਲ ਦੇ ਵਿੱਚੋਂ ਅਸੀਂ ਬਚਨ ਲਿਆ ਆ, ਬਹੁਤ ਪੱਕਾ ਆ। ਜਦੋਂ ਅਸੀਂ ਉਹ ਤੋਂ ਬਚਨ ਲੈ ਕੇ ਆਪਣੀ ਨੇਚਰ ਉੱਤੇ ਆਉਂਦੇ ਹਾਂ ਤੇ ਅਸੀਂ ਕਦੇ ਵੀ ਫੇਲ ਨਹੀਂ ਹੋਣਾ ਹੈਗਾ। ਕਾਹਤੇ ਕਰਕੇ? ਯਿਸੂ ਮਸੀਹ ਕਹਿੰਦਾ ਸੀ ਅਸਮਾਨ ਤੇ ਧਰਤੀ ਟਲ ਜਾਣਗੇ ਪਰ ਮੇਰਾ ਬਚਨ ਨਹੀਂ। ਸੋ ਉਹਦਾ ਬਚਨ ਪੱਕਾ ਆ। ਬਿਸ਼ੱਕ ਦੀ ਜੋ ਧਰਤੀ ਸਾਨੂੰ ਜਿੰਨੀਆਂ ਵੀ ਚੀਜ਼ਾਂ ਦੇ ਉਹ ਸਾਰੀਆਂ ਚੱਲ ਜਾਣ, ਅਸਮਾਨ ਦੀਆਂ ਸਾਰੀਆਂ ਚੀਜ਼ਾਂ ਚੱਲ ਜਾਣ, ਪਰ ਬਚਨ ਫੇਰ ਵੀ ਪੱਕਾ ਆ। ਸੋ ਤੁਹਾਡੀ ਨੇਚਰ ਕਾਹਤੇ ਆ? ਪਰ ਕਈ ਵਾਰੀ ਜਿਹੜੀਆਂ ਚੀਜ਼ਾਂ ਵਾਸਤੇ ਅਸੀਂ ਬਿਲੀਵ ਕਰਦੇ ਹੁੰਦੇ ਹਾਂ ਉਹ ਬਚਨ ਦੇ ਵਿੱਚ ਨਹੀਂ ਹੈਗੀਆਂ। ਤੁਸੀਂ ਕਹਿੰਦੇ ਜਗਦੀਸ਼ ਉਹ ਕਿੱਦਾਂ? ਓਕੇ, ਜੇ ਤੁਸੀਂ ਕਾਰ ਲੈਣ ਗਏ ਆ ਤੇ ਉੱਥੇ ਤੁਸੀਂ 10 ਕਾਰਾਂ ਖੜੀਆਂ ਦੇਖੀਆਂ ਤੇ ਤੁਸੀਂ ਪ੍ਰਭੂ ਨੂੰ ਪੁੱਛਦੇ ਆ, ਪ੍ਰਭੂ ਜੀ ਮੈਨੂੰ ਬਚਨ ਦੇ ਵਿੱਚੋਂ ਦਿਖਾ ਲਓ ਕਿਹੜੀ ਸਹੀ ਆ? ਓਕੇ, ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ। ਸੋ ਸਾਨੂੰ ਕਿੱਦਾਂ ਪਤਾ ਲੱਗਣਾ? ਜਦੋਂ ਰੂਹ ਆਤਮਾ ਸਾਡੇ ਦਿਲ ਦੇ ਵਿੱਚ ਵਿਟਨੈਸ ਕਰਦਾ ਆ, ਜਦੋਂ ਸਾਨੂੰ ਉਹ ਬੋਲਦਾ ਆ। ਸੋ ਦੋ ਤਰ੍ਹਾਂ ਨੇਚਰ ਹੁੰਦੀ ਹੈ, ਇੱਕ ਬਚਨ ਦੇ ਵਿੱਚੋਂ, ਓਕੇ, ਦੂਜੀ ਜਦੋਂ ਸਾਨੂੰ ਪਰਮੇਸ਼ੁਰ ਸਾਡੇ ਨਾਲ ਗੱਲ ਕਰਦਾ ਹੈ। ਇਹਦੇ ਵਿੱਚੋਂ ਮੈਂ ਕਈ ਸਾਡੇ ਕੋਲ ਐਗਜ਼ਾਮਪਲ ਸੀਗੇ ਪਰ ਇੱਕ ਬਹੁਤ ਸੋਹਣਾ ਐਗਜ਼ਾਮਪਲ ਸੀਗਾ, ਜਦੋਂ ਅਸੀਂ ਆਹ ਜਿਹੜੇ ਮਕਾਨ ਵਿੱਚ ਹੁਣ ਰਹਿ ਰਹੇ ਹਾਂ, ਘਰ ਦੇ ਵਿੱਚ ਹੁਣ ਰਹਿ ਰਹੇ ਹਾਂ, ਜਦੋਂ ਅਸੀਂ ਇਹ ਮੈਂ ਤਾਂ ਸੁਰਿੰਦਰ ਅਸੀਂ ਉਦੋਂ ਜਗ੍ਹਾ ਰਹਿਣ ਨੂੰ ਦੇਖਦੇ ਸੀ, ਆਪਣਾ ਘਰ ਅਸੀਂ ਖਰੀਦਣਾ ਸੀ, ਕਿਰਾਏ 'ਤੇ ਰਹਿੰਦੇ ਹੁੰਦੇ ਸੀ ਅਤੇ ਅਸੀਂ ਘਰ ਦੇਖਦੇ ਫਿਰਦੇ ਸੀ, ਬਹੁਤ ਘਰ ਅਸੀਂ ਦੇਖੇ ਸੀ। ਫਿਰ ਮੈਂ ਅਸੀਂ ਦੇਖਣ ਆਏ, ਜਦੋਂ ਅਸੀਂ ਦੇਖਣ ਆਏ ਅਤੇ ਸਾਰਾ ਘਰ ਦੇਖਿਆ, ਬਈ ਜਗ੍ਹਾ ਸੋਹਣੀ ਸੀਗੀ ਅਤੇ ਪਰ ਕੀਮਤ ਵੀ ਜਿੰਨੀ ਕੁ ਅਸੀਂ ਅਫੋਰਡ ਕਰ ਸਕਦੇ ਸੀਗੇ ਉਦੋਂ ਉੱਨੀ ਕੁ ਸੀਗੀ, ਲੈਣੇ ਤਾਂ ਕਰਜ਼ੇ 'ਤੇ ਹੀ ਲੈਣਾ ਸੀਗਾ, ਮੋਰਗੇਜ 'ਤੇ ਲੈਣਾ ਸੀ। ਪਰ ਜਦੋਂ ਘਰ ਦੇਖਿਆ ਅਤੇ ਉੱਥੇ ਥੋੜ੍ਹੀਆਂ ਪ੍ਰੋਬਲਮ ਸੀਗੀਆਂ ਅਤੇ ਸੁਰਿੰਦਰ ਬਹੁਤ ਅਪਸੈਟ ਹੋ ਗਈ। ਇਹ ਕਹਿੰਦੀ ਵੀ ਇੰਨਾ ਉੱਥੇ ਗੰਦ ਆ ਅਤੇ ਜਿੱਥੇ ਉਹ ਰੋਟੀ ਬਣਾਉਂਦੇ ਸੀ ਉੱਥੇ ਕਿੰਨਾ ਕਿੰਨਾ ਆਟਾ ਜੰਮਿਆ ਸੀਗਾ, ਕਦੇ ਸਾਫ਼ ਹੀ ਨਹੀਂ ਕੀਤਾ ਸੀ। ਬਾਥਰੂਮ ਦੇ ਵਿੱਚ ਉਹ ਨਹਾ ਕੇ ਕਿਤੇ ਬਾਥ ਸਾਫ਼ ਹੀ ਨਹੀਂ ਕਰਦੇ, ਚੰਗੀ ਚੰਗੀ 4 ਚਪੇਰੇ ਮੈਲ ਜੰਮੀ ਹੋਈ ਸੀਗੀ, ਹੋਰ ਵੀ ਸਾਰੇ ਘਰ ਦੇ ਵਿੱਚ ਇੱਦਾਂ ਹੀ ਸੀਗਾ। ਸੋ ਸੁਰਿੰਦਰ ਕਹਿੰਦੀ ਵੀ ਬਹੁਤ ਗੰਦਾ ਘਰ ਆ,
ਮੈਂ ਕਿਹਾ ਚਲੋ ਕੋਈ ਨਹੀਂ, ਆਪਾਂ ਇੱਦਾਂ ਕਰਦੇ ਹਾਂ, ਆਪਾਂ ਹੋਰ ਕੋਈ ਦੇਖ ਲਵਾਂਗੇ, ਆਪਾਂ ਨਾ ਲਵਾਂਗੇ, ਆਪਾਂ ਹੋਰ ਕੋਈ ਦੇਖ ਲੈਂਦੇ ਹਾਂ। ਪਰ ਜ਼ਰੂਰ ਇਹਦੀ ਅੱਖਾਂ ਦੇ ਵਿੱਚ ਇੰਜੂ ਸੀ, ਪਰ ਕਹਿੰਦੀ ਨਹੀਂ, ਪ੍ਰਭੂ ਨੇ ਕਿਹਾ ਆਪਾਂ ਉਹ ਹੀ ਲੈਣਾ ਹੈ। ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ, ਦੇਖਣ ਤੋਂ ਪਹਿਲਾਂ ਹੀ ਮੇਰੇ ਖਿਆਲ ਸਾਨੂੰ ਪਤਾ ਸੀਗਾ, ਬਾਹਰੋਂ ਘਰ ਅਸੀਂ ਮਗਰੋਂ ਦੇਖਿਆ ਸੀ, ਜਦੋਂ ਅਸੀਂ ਰੋਡ 'ਤੇ ਡਰਾਈਵ ਕਰਦੇ ਸੀਗੇ ਅਤੇ ਮੈਂ ਪਾਸਟਰ ਜੀ ਨੂੰ ਕਿਹਾ ਕਿ ਆਹ ਘਰ ਮੈਨੂੰ ਲੱਗਦਾ ਕਿ ਪਰਮੇਸ਼ੁਰ ਦਾ ਆਤਮਾ ਮੇਰੀ ਅਗਵਾਈ ਕਰਦਾ ਕਿ ਆਹ ਹੀ ਘਰ ਸਾਨੂੰ ਲੈਣਾ ਚਾਹੀਦਾ ਆ। ਜਿੱਦਾਂ ਪਾਸਟਰ ਜੀ ਨੇ ਕਿਹਾ ਇਹ ਗੱਲ ਸੱਚੀ ਆ। ਉਸ ਟਾਈਮ ਦੇ ਵਿੱਚ ਮੈਂ ਇਮੋਸ਼ਨਲ ਵੀ ਸੀਗੀ, ਕਰਕੇ ਕਾਫੀ ਔਖੇ ਟਾਈਮ ਦੇ ਵਿੱਚ ਅਸੀਂ ਸੀਗੇ, ਪਰ ਪ੍ਰਭੂ ਦੀ ਕਿਰਪਾ ਵੀ ਸੀਗੀ, ਕਿਰਪਾ ਦੇ ਥੱਲੇ ਵੀ ਸੀਗੇ। ਸੋ ਪ੍ਰਭੂ ਨੇ ਸਾਨੂੰ ਦਿਖਾ ਲਿਆ ਕਿ ਇਹ ਘਰ ਲੈਣਾ, ਅਤੇ ਅਸੀਂ ਜਦੋਂ ਉਹਨਾਂ ਨਾਲ ਅਪੋਇੰਟਮੈਂਟ ਬਣਾਈ ਤਾਂ ਅਸੀਂ ਬਹੁਤ, ਮੈਂ ਜਾਣੀ ਜ਼ਿਆਦਾ ਡਿਸਪੋਇੰਟਿਡ ਹੋਈ, ਕਰਕੇ ਤੁਹਾਨੂੰ ਪਤਾ ਬਾਲੀ ਵਾਰੀ ਬੰਦਿਆਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ, ਲੇਡੀਜ਼ ਨੂੰ ਜ਼ਿਆਦਾ ਇਮੋਸ਼ਨਲ ਹੁੰਦੇ ਆ, ਫੈਮਿਲੀ ਦੇ ਨਾਲ ਛੋਟੇ ਬੱਚੇ ਸੀਗੇ ਅਤੇ ਸਾਡੀ ਫਾਈਨੈਂਸ਼ੀਅਲ ਵੀ ਉੱਨੀ ਕੀ ਸੀਗੀ, ਮੈਂ ਜ਼ਿਆਦਾ ਕੰਮ ਨਹੀਂ ਕਰ ਸਕਦੀ ਸੀ, ਬੱਚੇ ਛੋਟੇ ਸੀਗੇ ਅਤੇ ਪਾਸਟਰ ਜੀ ਦੇ ਇਕੱਲੇ 'ਤੇ ਅਸੀਂ ਮੋਰਗੇਜ ਲੈਣੀ ਸੀਗੀ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਸੀ। ਪਰ ਦੂਸਰੇ ਪਾਸੇ ਇਹ ਵਾਅਦਾ ਸੀ ਪ੍ਰਭੂ ਦਾ ਕਿ ਇਹ ਘਰ ਲੈਣਾ ਆ, ਸੋ ਹੁਣ ਸਾਨੂੰ ਚੋਣ ਕਰਨੀ ਪੈਣੀ ਸੀਗੀ, ਅਤੇ ਅਸੀਂ ਪ੍ਰਭੂ ਦੀ ਕਿਰਪਾ ਦੇ ਨਾਲ ਇਹ ਚੋਣ ਕੀਤੀ, ਚਾਹੇ ਕਿੰਨਾ ਵੀ ਔਖਾ ਘਰ ਲੱਗਾ, ਕਿੰਨਾ ਵੀ ਮੈਂ ਪੂਰੀ ਰਾਤ ਰੋਂਦੀ ਰਹੀ ਜਦੋਂ ਅਸੀਂ ਘਰ ਦੇਖ ਕੇ ਵੀ ਗਏ, ਅਤੇ ਪਾਸਟਰ ਜੀ ਨੇ ਬਹੁਤ ਤਸੱਲੀ ਦਿੱਤੀ, ਕਹਿੰਦੇ ਨਹੀਂ ਰੋਣਾ ਨਹੀਂ, ਆਪਾਂ ਹੋਰ ਘਰ ਲੈ ਲੈਂਦੇ। ਪਰ ਮੈਨੂੰ ਐਨ ਮੇਰੀ ਸਪਿਰਿਟ ਦੇ ਵਿੱਚ ਪਤਾ ਸੀ ਇਹ ਘਰ ਪ੍ਰਭੂ ਵੱਲੋਂ ਆ ਅਤੇ ਸਾਨੂੰ ਇਹੀ ਲੈਣਾ ਚਾਹੀਦਾ ਹੈ। ਸੋ ਕਈ ਵਾਰੀ ਔਖਾ ਲੱਗਦਾ ਹੁੰਦਾ ਸਾਡੀਆਂ ਅੱਖਾਂ ਦੇ ਥਾਣੀ, ਸਾਡੀ ਫੀਲਿੰਗ ਥਾਣੀ, ਸਾਡੀ ਇਮੋਸ਼ਨਲ ਥਾਣੀ, ਪਰ ਜੇ ਅਸੀਂ ਪਰਮੇਸ਼ੁਰ ਦੀ ਕਿਰਪਾ ਦੇ ਵਿੱਚ ਹੈਗੇ ਹਾਂ ਅਤੇ ਉਹਦੀ ਆਵਾਜ਼ ਨੂੰ ਸੁਣਦੇ ਹਾਂ ਅਤੇ ਆਖੇ ਲੱਗਦੇ ਹਾਂ ਅਤੇ ਪ੍ਰਭੂ ਸਾਨੂੰ ਬਲੈਸ ਕਰਦਾ। ਆਮੇਨ। ਸੋ ਇੱਥੇ ਆਪਾਂ ਦੇਖਦੇ ਹਾਂ ਦੋ ਤਰ੍ਹਾਂ ਪ੍ਰਭੂ ਸਾਡੇ ਨਾਲ ਗੱਲ ਕਰਦਾ, ਜੇ ਤਾਂ ਅਸੀਂ ਨੇਚਰ ਰੱਖ ਸਕਦੇ ਹਾਂ। ਇੱਕ ਵਾਰ ਇੱਕ ਤਾਂ ਬਚਨ ਤੋਂ ਹੁੰਦਾ, ਜਿੱਦਾਂ ਆਪਾਂ ਕਹਿ ਸਕਦੇ ਯਿਸੂ ਮਸੀਹ ਦੇ ਮਾਰ ਖਾਣ ਅਸੀਂ ਨੋਏ ਕੀਤੇ ਗਏ ਹਾਂ, ਉਹ ਸਾਡੇ ਕੋਲ ਉਹਦੇ ਵਾਸਤੇ ਬਚਨ ਹੈਗਾ ਆ। ਦੂਸਰੇ ਘਰ ਜੇ ਅਸੀਂ ਕਾਰ ਲੈਣਾ, ਘਰ ਲੈਣੀ ਜਾਂ ਹੋਰ ਕੋਈ ਚੀਜ਼ ਕਰਨੀ ਆ, ਅਤੇ ਉਹਦੇ ਵਿੱਚ ਸਾਡੇ ਕੋਲ ਹੋਲੀ ਸਪਿਰਿਟ ਦਾ ਵਿਟਨੈਸ ਹੁੰਦਾ। ਸੁਰਿੰਦਰ ਦੇ ਕੋਲ ਕੋਈ ਪੱਕਾ ਹੋਲੀ ਸਪਿਰਿਟ ਦਾ ਬਚਨ ਸੀਗਾ। ਓਕੇ, ਸੋ ਅਸੀਂ ਇਹ ਘਰ ਲਿਆ 1985 ਦੇ ਵਿੱਚ, ਹਾਲੇ ਵੀ ਇਸ ਘਰ ਦੇ ਵਿੱਚ ਰਹਿੰਦੇ ਹਾਂ, ਬਹੁਤ ਅਸੀਂ ਇਸ ਘਰ ਦੇ ਵਿੱਚ ਖੁਸ਼ ਰਹੇ ਹਾਂ। ਜਦੋਂ ਅਸੀਂ ਲਿਆ ਵੀ ਸੀ ਸਾਡੇ ਕੋਈ ਪੈਸਾ ਨਹੀਂ ਸੀਗਾ। ਓਕੇ, ਅਸੀਂ ਵਕੀਲ ਦੀ ਫੀਸ ਮਸੀਂ ਦੇ ਚੁੱਕੇ ਸੀਗੇ, ਪਰ ਉਸ ਜ਼ਮਾਨੇ 'ਚ ਪ੍ਰਭੂ ਦੀ ਕਿਰਪਾ ਸੀ ਅਸੀਂ 100% ਮੋਰਗੇਜ ਲੈ ਸਕੇ, ਅਤੇ ਅਸੀਂ ਇਸ ਘਰ ਦੇ ਵਿੱਚ ਉਦੋਂ ਦੇ ਰਹਿੰਦੇ ਹਾਂ। ਓਕੇ, ਸੋ ਸਹੀ ਸੀਗਾ। ਹਾਲੇ ਵੀ ਜਦੋਂ ਭੈਣ ਭਰਾ ਆਉਂਦੇ ਆ ਉਹ ਕਹਿੰਦੇ ਅਸੀਂ ਇੱਥੇ ਪ੍ਰਭੂ ਦੀ ਹਜ਼ੂਰੀ ਫੀਲ ਕਰਦੇ ਹਾਂ, ਉਹਦੀ ਪ੍ਰੈਜੈਂਸ ਫੀਲ ਕਰਦੇ ਹਾਂ। ਪ੍ਰਭੂ ਨੂੰ ਪਤਾ ਹੁੰਦਾ ਆ ਉਹਦੀ ਪ੍ਰੈਜੈਂਸ ਕਿੱਥੇ ਆਉਣੀ ਹੈ, ਉਹਦੀ ਅਨੋਇਟੀ ਕਿੱਥੇ ਆਉਣੀ, ਉਹਦੀ ਮਸਾ ਕਿੱਥੇ ਆਉਣੀ, ਕਿਹੜੀ ਸਾਡੇ ਵਾਸਤੇ ਸਹੀ ਜਗ੍ਹਾ ਆ। ਸੋ ਫਿਰ ਅਸੀਂ ਉਹਦੇ ਵਿੱਚ ਨੇਚਾ ਰੱਖ ਕੇ ਨੇਚਾ ਦੇ ਨਾਲ ਲੈ ਲਿਆ। ਓਕੇ, ਸੋ ਇੱਥੇ ਦੇਖਦੇ ਹਾਂ ਆਪਾਂ ਇਹ ਸਵਾਲ ਦੂਸਰਾ ਪੁੱਛ ਰਹੇ ਹਾਂ, ਤੁਹਾਡੀ ਫੇਸ, ਤੁਹਾਡੀ ਫੇਥ, ਤੁਹਾਡੀ ਨੇਚਰ ਕਾਹਦੀ ਚੀਜ਼ ਉੱਤੇ ਰੱਖੀ ਹੈ? ਉਹ ਪ੍ਰਭੂ ਦੇ ਬਚਨ ਵਿੱਚ ਰੱਖੀ ਰੱਖਣੀ ਚਾਹੀਦੀ ਹੈ। ਜੇ ਅਸੀਂ ਆਪਣੇ ਖਿਆਲਾਂ ਦੇ ਵਿੱਚ ਰੱਖੀ ਹੈ, ਜੇ ਅਸੀਂ ਇੱਦਾਂ ਦੇਖਦੇ ਬਈ ਮੇਰੇ ਖਿਆਲ 'ਚ ਅਸੀਂ ਅਫੋਰਡ ਨਹੀਂ ਕਰ ਸਕਦੇ ਹੈਗੇ, ਮੇਰੇ ਖਿਆਲ 'ਚ ਬਈ ਇਹ ਥੋੜ੍ਹੀਆਂ ਤਾਹਾਂ ਨੂੰ ਆ, ਓਕੇ ਨਹੀਂ ਠੀਕ ਨਹੀਂ ਹੈਗਾ, ਜਾਂ ਆਹ ਚੀਜ਼ ਜਾਂ ਆਹ ਚੀਜ਼ ਉਹਨਾਂ ਵਿੱਚ ਦੇਖਦੇ, ਉਹ ਸਾਡੇ ਖਿਆਲੇ ਦੀਆਂ ਚੀਜ਼ਾਂ ਹੋਣੀਆਂ ਸੀਗੀਆਂ। ਓਕੇ, ਪਰ ਉਹ ਨਹੀਂ ਚੀਜ਼ਾਂ ਅਸੀਂ ਕੋਈ ਵੀ ਦੇਖੀਆਂ। ਜੇ ਅਸੀਂ ਗੰਦ ਵੱਲ ਵੀ ਦੇਖ ਕੇ ਕਹਿੰਦੇ ਵੀ ਅਸੀਂ ਹੋਰ ਕੋਈ ਲੈ ਲੈਣਾ, ਫਿਰ ਉਹ ਵੀ ਨਹੀਂ ਸਹੀ ਹੋਣਾ ਸੀ, ਕਰਕੇ ਅਸੀਂ ਦਿਮਾਗ ਦੇ ਨਾਲ ਸੋਚ ਕੇ ਕਰਨਾ ਸੀਗਾ। ਪਰ ਜੋ ਪ੍ਰਭੂ ਨੇ ਕਿਹਾ ਜੇ ਉਦੋਂ ਉਹ ਕੀਤਾ ਤਾਂ ਅਸੀਂ ਸਹੀ ਜਗ੍ਹਾ ਦੇ ਵਿੱਚ ਹਾਂ। ਓਕੇ, ਸੋ ਸਾਨੂੰ ਪ੍ਰਭੂ ਦੇ ਬਚਨ ਉੱਤੇ ਨੇਚਾ ਰੱਖਣ ਦੀ ਜ਼ਰੂਰਤ ਆ। ਸੋ ਦੂਸਰੀ ਚੀਜ਼ ਆਪਾਂ ਦੇਖਦੇ ਹਾਂ, ਤੁਹਾਡਾ ਜਿਹੜੀ ਨੇਚਾ ਹੈ, ਤੁਹਾਡੀ ਫੇਥ ਆ, ਉਹ ਪ੍ਰਭੂ ਦੇ ਬਚਨ ਉੱਪਰ ਚਾਹੀਦੀ ਆ। ਆਮੇਨ, ਆਮੇਨ। ਤੀਸਰੀ ਚੀਜ਼, has the Lord's word gone into your heart? Or heart sometimes is translated spirit. ਤੁਹਾਡੇ ਆਤਮਾ ਦੇ ਵਿੱਚ ਉਹਦਾ ਬਚਨ ਚਲ ਗਿਆ ਕਿ ਨਹੀਂ? ਕਈ ਵਾਰ ਅਸੀਂ ਕਹਿੰਦੇ ਹੁੰਦੇ ਹਾਂਜੀ ਅਸੀਂ ਬਿਲੀਵ ਕਰਦੇ ਹਾਂ, ਪਰ ਜਿਹੜਾ ਉਹ ਬਚਨ ਆ ਸਾਡੇ ਦਿਮਾਗ ਵਿੱਚ ਹੈਗਾ ਆ ਪਰ ਦਿਲ ਵਿੱਚ ਨਹੀਂ ਗਿਆ ਹੈਗਾ। ਦਿਲ ਵਿੱਚ ਜਾਣ ਦੀ ਜ਼ਰੂਰਤ ਹੈ। ਜਿੰਨਾ ਚਿਕਰ ਉਹ ਦਿਲ ਵਿੱਚ ਨਹੀਂ ਗਿਆ ਹੈਗਾ, ਸਾਡੇ ਕੋਲ ਇਹ ਨੀਚਾ ਰੱਖਣੀ ਹੋਣੀ ਹੈਗੀ, ਅਸੀਂ ਗੱਬੇ ਛੱਡ ਕੇ ਨੱਠ ਜਾਣਾ ਹੈ। ਓਕੇ, ਸੋ ਹੈਜ਼ ਦਾ ਵਰਡ ਗੋਨ ਇਨ ਟੂ ਯੋਰ ਹਾਰਟ? ਆਪਾਂ ਇਹਦੇ ਬਾਰੇ ਬਾਹਲਾ ਨਹੀਂ ਦੇਖਣਾ ਹੈਗਾ, ਪਰ ਆਪਾਂ ਦੇਖਿਆ ਸੀਗਾ ਜੇ ਤੁਹਾਨੂੰ ਚੇਤਾ ਹੋਵੇ, ਕਹਾਵਤਾਂ ਦਾ ਚੌਥਾ ਚੈਪਟਰ
ਉਹਦੀ 20 ਤੋਂ 23 ਆਇਤ ਤੱਕ ਆਪਾਂ ਦੇਖਿਆ ਸੀਗਾ, 24 ਆਇਤ ਵੀ ਦੇਖੀ ਸੀ ਪਰ 20 ਤੋਂ 23 ਆਇਤ ਤੱਕ ਦੇਖਿਆ ਸੀ ਕਿੱਦਾਂ ਅਸੀਂ ਇਹ ਜਿਹੜਾ ਬਚਨ ਆ ਦਿਮਾਗ ਤੋਂ ਅਸੀਂ ਦਿਲ ਵਿੱਚ ਕਿੱਦਾਂ ਲਿਜਾ ਸਕਦੇ, ਸਪਿਰਿਟ ਦੇ ਵਿੱਚ ਕਿੱਦਾਂ ਲਿਜਾ ਸਕਦੇ ਹਾਂ। ਜੇ ਯੇਸੂ ਦੇ ਬਚਨ ਬਾਰੇ ਦੇਖਣਾ ਆ, ਉਹ ਯੂਹੰਨਾ 15:7 ਦੇ ਵਿੱਚ ਸੀਗਾ ਜਿੱਥੇ ਉਹ ਕਹਿੰਦਾ ਆ ਬਈ ਸਾਡਾ ਉਹ ਬਚਨ ਕਿੱਦਾਂ ਅੰਦਰ ਵੱਸ ਸਕਦਾ, ਸਾਨੂੰ ਸਿਖਾ ਰਿਹਾ ਆ। ਸੋ ਇਹਦੇ ਬਾਰੇ ਆਪਾਂ ਇਹ ਬਾਹਲਾ ਨਹੀਂ ਦੇਖਣਾ ਸੀਗਾ, ਪਰ ਆਪਾਂ ਇੱਕ ਦੋ ਅੱਜ ਤਾਂ ਫਿਰ ਵੀ ਦੇਖਾਂਗੇ। ਰੋਮੀਓ ਦੀ ਕਿਤਾਬ ਉਹਦਾ 4 ਚੈਪਟਰ ਉਹਦੀ 1ਵੀਂ ਆਇਤ ਦੇ ਵਿੱਚ ਦੇਖਾਂਗੇ। ਹਾਂਜੀ, ਰੋਮੀਆ ਯਾਨੀ ਰੋਮਨਸ ਇੰਗਲਿਸ਼ ਦੇ ਵਿੱਚ ਕਹਿੰਦੇ 4:21, ਰੋਮੀਆ 4 ਉਹਦੀ 1ਵੀਂ ਆਇਤ। ਅਤੇ ਉਹਨੂੰ ਪੱਕੀ ਨੇਚਾ ਸੀ ਵੀ ਜਿਹਦਾ ਉਸਨੇ ਵਚਨ ਦਿੱਤਾ ਉਸਨੇ ਪੂਰਿਆਂ ਕਰਨ ਨੂੰ ਵੀ ਸਹਿਮਤ ਹੈ। ਆਮੇਨ। ਕੀ ਗੱਲ ਸੀ? ਅਬਰਾਹਮ ਦੀ ਗੱਲ ਕਰ ਰਿਹਾ, ਉਹਦੇ ਕੋਲ ਪੱਕੀ ਨੇਚਾ ਸੀਗੀ। ਯੈਸ, ਤੁਹਾਡੇ ਕੋਲ ਪੱਕੀ ਨੇਚਾ ਹੈਗੀ ਆ? ਜੇ ਨਹੀਂ ਹੈਗੀ ਤੇ ਸਾਨੂੰ ਇੱਥੇ ਪ੍ਰੋਵਰਬਸ ਵਿੱਚ ਜਾ ਕੇ, ਯੂਹੰਨਾ ਦੇ ਵਿੱਚ ਜਾ ਕੇ ਸਾਨੂੰ ਉਹ ਪੱਕੀ ਕਰਨੀ ਪੈਣੀ ਆ। ਮੈਂ ਬਹੁਤ ਅੱਜ ਕੱਲ੍ਹ ਦੇਖਦਾ ਹਾਂ ਜਿਹਨਾਂ ਦੇ ਕੋਲ ਪੱਕੀ ਨੇਚਾ ਨਹੀਂ ਹੈਗੀ, ਅਤੇ ਉਹ ਕਈ ਵਾਰੀ ਸਾਡੇ ਕੋਲ ਆਉਂਦੇ ਆ, ਕਰਕੇ ਅਸੀਂ ਲੀਡਰ ਹਾਂ, ਸੋ ਸਾਡੇ ਫਰਜ਼ ਬਣਦਾ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਮੇਰੇ ਕੋਲ ਇੱਕ ਭੈਣ ਆਈ ਅਤੇ ਉਹ ਦੱਸਦੀ ਹੈ, ਕਹਿੰਦੀ ਵੀ ਸਾਡੇ ਬੱਚਾ ਨਹੀਂ ਹੈਗਾ, ਪਲੀਜ਼ ਸਾਡੇ ਨਾਲ ਪ੍ਰੇ ਕਰੋ ਅਤੇ ਅਸੀਂ ਸਾਨੂੰ ਵੀ ਪ੍ਰਭੂ ਬੱਚਾ ਦੇਵੇ। ਮੈਂ ਕਿਹਾ ਕੋਈ ਨਹੀਂ ਜੀ, ਪ੍ਰੇ ਕਰਦੇ, ਪ੍ਰਭੂ ਤੁਹਾਨੂੰ ਜ਼ਰੂਰ ਬਰਕਤ ਦੇਊਗਾ। ਕਾਹਤੇ ਕਰਕੇ ਪ੍ਰਭੂ ਦਾ ਬਚਨ ਸਾਨੂੰ ਦੱਸਦਾ ਆ, ਉਹ ਨਹੀਂ ਚਾਹੁੰਦਾ ਕੋਈ ਭੈਣ ਬਾਜ ਹੋਵੇ, ਬਾਜ ਹੋਵੇ, ਬਾਂਝ ਹੋਵੇ। ਓਕੇ, ਇਨ ਅਦਰ ਵਰਡਸ ਬਈ ਉਹਨਾਂ ਦੇ ਕੋਲ ਫਲ ਹੋਵੇ। ਸੋ ਮੈਂ ਉਹਨਾਂ ਦੇ ਨਾਲ ਪ੍ਰੇ ਕਰਨ ਲੱਗ ਪਿਆ ਅਤੇ ਨੀਅਰਲੀ 6 ਮਹੀਨੇ ਲੰਘ ਗਏ, ਮੈਨੂੰ ਸਮਝ ਨਹੀਂ ਆਉਂਦੀ ਹੈਗੀ ਬਈ ਕਾਹਤੇ ਨਹੀਂ ਇਹ ਆਂਸਰ ਆਉਂਦਾ ਹੈਗਾ। ਅਤੇ ਮੈਂ ਪ੍ਰਭੂ ਨੂੰ ਪੁੱਛਦਾ ਵੀ ਕੀ ਪ੍ਰੋਬਲਮ ਹੈ। ਥੋੜ੍ਹੇ ਚਿਰ ਬਾਅਦ ਮੈਨੂੰ ਪਤਾ ਲੱਗਾ ਅਤੇ ਉਹ ਜਿਹੜੀ ਭੈਣ ਸੀਗੀ ਉਹ ਰੀਅਲੀ ਬਿਲੀਵ ਨਹੀਂ ਕਰਦੀ ਸੀਗੀ, ਉਹ ਆਪਣੀ ਨੇਚਾ ਛੱਡ ਕੇ ਬੈਠੀ ਸੀ, ਪਰ ਹੁਣ ਮੈਨੂੰ ਨਹੀਂ ਦੱਸਿਆ, ਮੈਨੂੰ ਪ੍ਰੇ ਵਾਸਤੇ ਕਹੀ ਜਾਂਦੀ ਹੈ। ਓਕੇ, ਸੋ ਫਿਰ ਕੀ ਹੋਇਆ, ਮੈਂ ਉਹਨਾਂ ਫਿਰ ਉਹਨੂੰ ਟੈਕਸਟ ਭੇਜਿਆ, ਉਹਨੂੰ ਦੱਸਿਆ, ਮੈਂ ਕਿਹਾ ਵੀ ਤੁਸੀਂ ਨੇਚਾ ਛੱਡ ਕੇ ਬੈਠੇ ਆ, ਤੁਸੀਂ ਹੋਰ ਚੀਜ਼ 'ਤੇ ਲੱਗੇ ਆ। ਅਤੇ ਕਹਿੰਦੀ ਮੈਂ ਤੁਹਾਨੂੰ ਟੈਲੀਫੋਨ ਕਰ ਸਕਦੀ? ਮੈਂ ਕਿਹਾ ਹਾਂਜੀ ਕਰ ਲਓ। ਉਹਨੇ ਮੈਨੂੰ ਟੈਲੀਫੋਨ ਕੀਤਾ, ਪਾਸਟਰ ਜੀ ਖਰਿਆ ਮੈਨੂੰ ਪ੍ਰਭੂ ਨੇ ਨਹੀਂ ਬੱਚਾ ਦੇਣਾ ਹੈਗਾ, ਮੈਂ ਹੁਣ ਇੱਦਾਂ ਹੀ ਠੀਕ ਹਾਂ। ਮੈਂ ਕਿਹਾ ਇਹ ਤਾਂ ਵੀ ਤੁਸੀਂ ਜੇ ਚਾਹੁੰਦੇ ਸੀ ਠੀਕ ਆ, ਗੱਲ ਤੁਸੀਂ ਜੋ ਕਰਦੇ ਠੀਕ ਆ, ਪਰ ਮੈਨੂੰ ਤੁਸੀਂ ਪ੍ਰੇ ਕਰਨ ਲਾਇਆ ਆ, ਤੁਸੀਂ ਬਿਲੀਵ ਨਹੀਂ ਕਰਦੇ ਹੈਗੇ। ਓਕੇ, ਕੀ ਹੋਇਆ, ਉਹਦੀ ਨੇਚਾ ਪੱਕੀ ਨਹੀਂ ਸੀਗੀ। ਕਿਸੇ 'ਤੇ ਅਸੀਂ ਫੋਰਸਫੁਲੀ ਚੀਜ਼ਾਂ ਨਹੀਂ ਭੇਜ ਸਕਦੇ ਹੈਗੇ, ਉਹਨਾਂ ਨੂੰ ਐਕਸੈਪਟ ਕਰਨੀਆਂ ਪੈਂਦੀਆਂ। ਪਰ ਉਹਨੇ ਆਪਣੀ ਨੇਚਾ ਛੱਡ ਕੇ ਬੈਠੇ ਸੀਗੇ ਅਤੇ ਮੈਂ ਹਾਲੇ ਪ੍ਰੇ ਹੀ ਕਰਨ ਲੱਗਾ ਸੀਗਾ। ਸੋ ਇੱਥੇ ਦੱਸਦੇ ਆ ਜਿਹੜਾ ਅਬਰਾਹਮ ਸੀ ਉਹ ਕੋ ਪੱਕੀ ਨੇਚਾ ਨੇਚਾ ਸੀਗੀ। ਪੱਕੀ ਨੇਚਾ ਕੀ ਕਹਿੰਦੀ ਸੀ? ਬਿਸ਼ੱਕ ਦੀ ਮੈਂ ਬੁੜਾ ਹੋ ਗਿਆ, ਬਿਸ਼ੱਕ ਦੀ ਸਹਿਰਾ ਬੁੜੀ ਹੋ ਗਈ ਆ, ਪਰ ਹਾਲੇ ਵੀ ਸਾਡੇ ਬੱਚਾ ਜਨਮਣਾ, ਲੜਕਾ ਜਨਮਣਾ ਆ। ਆਮੇਨ। ਸੱਚੀ ਇਹ ਸਾਨੂੰ ਪੱਕੀ ਨੇਚਾ ਰੱਖਣ ਦੀ ਜ਼ਰੂਰਤ ਆ। ਸੋ ਜ਼ਰੂਰ ਤੁਸੀਂ ਪੱਕੀ ਨੇਚਾ ਰੱਖਣੀ ਆ, ਇਹ 'ਚ ਚੱਲਣਾ ਆ। ਜੇ ਪੱਕੀ ਨਹੀਂ ਹੈਗੀ ਉਹਨੂੰ ਪੱਕਾ ਕਰਨਾ ਆ, ਇੰਨੇ ਪੱਕੇ ਚਾਹੀਦੇ ਆ ਬਿਸ਼ੱਕ ਦੀ ਸਾਡਾ ਜੀਵਨ ਵੀ ਚੱਲ ਜਾਵੇ, ਪਰ ਅਸੀਂ ਨੇਚਾ ਦੇ ਵਿੱਚ ਹੀ ਹਾਂ। ਇੱਦਾਂ ਹੀ ਪ੍ਰਭੂ ਸਾਡੇ ਕੋਲ ਚਾਹੁੰਦਾ ਆ। ਪ੍ਰਕਾਸ਼ ਦੀ ਪੋਥੀ ਉਹਦਾ 12 ਚੈਪਟਰ ਉਹਦੀ 11ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਆ ਬਈ ਜਿਹੜੇ ਸਵਰਗ ਵਿੱਚ ਚੱਲ ਗਿਆ ਉਹਨੂੰ ਕਿੱਦਾਂ ਫਤਿਹ ਪਾਈ ਸੀਗੀ। ਹਾਂਜੀ, ਪ੍ਰਕਾਸ਼ ਦੀ ਪੋਥੀ ਜਿਹਨੂੰ ਰੈਵਲੇਸ਼ਨ ਕਿਹਾ ਜਾਂਦਾ, ਉਹਦਾ 12ਵਾਂ ਚੈਪਟਰ 12ਵਾਂ ਚੈਪਟਰ ਐਂਡ ਵਰਸ 11। ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ। ਆਮੇਨ। ਜਿਹੜੀ ਆਹ ਚੀਜ਼ ਦੇਖਣੀ, ਜਿਹੜਾ ਅਖੀਰ ਦੇ ਵਿੱਚ ਜਿਹੜੀ ਲਾਈਨ ਹੈ ਉਹ ਕੀ ਕਹਿੰਦਾ, ਮਾਰਨ ਤਿੱਕਰ ਵੀ ਉਹ ਯਕੀ ਨਹੀਂ, ਪਿਛਾ ਨੂੰ ਠਹਿਰ ਨਹੀਂ ਕੀਤਾ। ਉਹ ਕਹਿੰਦੇ ਸੀ ਬਚਨ ਵਿੱਚ ਲਿਖਿਆ ਇੱਦਾਂ ਹੀ ਹੋ ਜਾਣਾ, ਬਚਨ ਦੇ ਵਿੱਚ ਲਿਖਿਆ ਇੱਦਾਂ ਹੀ ਹੋ ਜਾਣਾ, ਜੋ ਕੁਛ ਆਪਣੀ ਜੀਵਨ ਦਾ ਵੀ ਹੈ ਨਾ ਉਹ ਲਾਈਨ 'ਤੇ ਰੱਖੀ ਹੋਈ ਸੀਗੀ। ਕਈ ਵਾਰੀ ਸਾਨੂੰ ਇੱਦਾਂ ਕਰਨੀ ਪੈਂਦੀ ਆ, ਨੇਚਾ ਉਦੋਂ ਸਾਡੀ ਨੇਚਾ ਟੈਸਟ ਹੁੰਦੀ ਆ, ਚੈੱਕ ਹੁੰਦੀ, ਕਰਕੇ ਸ਼ੈਤਾਨ ਨੇ, ਪਰਮੇਸ਼ਰ ਨਹੀਂ ਚੈੱਕ ਕਰਦਾ, ਉਹਨੂੰ ਤਾਂ ਪਤਾ ਤੁਸੀਂ ਕੀ ਕਰਨਾ, ਪਰ ਸ਼ੈਤਾਨ ਸਾਡੀ ਨੇਚਾ ਚੈੱਕ ਕਰਨ ਆਉਂਦਾ ਆ, ਉਦੋਂ ਸਾਨੂੰ ਆਪਣੇ ਜੀਵਨ ਵੀ ਦੇਣ ਨੂੰ ਤਿਆਰ ਚਾਹੀਦੇ ਆ। ਓਕੇ, ਸੋ ਇੱਥੇ ਸਾਡੀ ਨੇਚਾ ਚੈੱਕ ਕਰਨ ਦੀ ਜ਼ਰੂਰਤ ਆ। ਇਹ ਤੀਸਰੀ ਚੀਜ਼, ਚੌਥੀ ਚੀਜ਼ ਸੀਗੀ, ਕੀਪ ਫੀਡਿੰਗ ਯੋਰ ਫੇਥ।
ਸਾਨੂੰ ਇੱਕ ਵਾਰੀ ਨੇਚਰ ਰੱਖੀ ਤੇ ਨਹੀਂ ਚੱਲਣਾ ਹੈਗਾ, ਸਾਨੂੰ ਨੇਚਰ ਨੂੰ ਰੋਜ਼ ਖਿਲਾਉਣਾ ਪੈਣਾ। ਬਾਈਬਲ ਕੀ ਕਹਿੰਦੀ? ਫੇਥ ਇਜ਼ ਨੇਚਰ ਹੈਗੀ ਆ, ਇਦਾਂ ਨਹੀਂ ਨੇਚਰ ਸੀਗੀ ਨਹੀਂ ਕੱਲ, ਨੇਚਰ ਹੈਗੀ ਅੱਜ ਹੈਗੀ ਆ। ਸੋ ਸਾਨੂੰ ਨੇਚਰ ਦੇ ਵਿੱਚ ਰਹਿਣ ਦੀ ਜ਼ਰੂਰਤ ਆ, ਉਹਨੂੰ ਕੁਛ ਖਿਲਾਉਣ ਦੀ ਜ਼ਰੂਰਤ ਆ। ਯੇਸੂ ਮਸੀਹ ਇੱਦਾਂ ਕਹਿੰਦਾ ਸੀਗਾ, ਮਥੀ ਚੌਥਾ ਚਾਰ ਚਾਰ ਮੈਥਿਊ ਚੈਪਟਰ ਫੋਰ ਵਰਸ ਫੋਰ। ਹਾਂਜੀ, ਮਤੀ ਚੌਥਾ ਚੈਪਟਰ ਅਤੇ ਚੌਥੀ ਆਇਤ ਵਿੱਚ ਇੱਦਾਂ ਲਿਖਿਆ, ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ, ਇੱਥੇ ਯਿਸੂ ਮਸੀਹ ਜੀ ਦੀ ਗੱਲ ਹੋ ਰਹੀ ਹੈ, ਵੀ ਇਨਸਾਨ ਨਿਰੀ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਦੇ ਨਾਲ ਜਿਹੜਾ ਪਰਮੇਸ਼ੁਰ ਦੇ ਮੁੱਖੋਂ ਨਿਕਲਦਾ ਹੈ। ਆਮੇਨ। ਸਾਨੂੰ ਕੀ ਜ਼ਰੂਰਤ ਕਰ, ਰੋਜ਼ ਆਪਾਂ ਰੋਟੀ ਖਾਂਦੇ ਹਾਂ, ਇੱਕ ਵਾਰੀ ਖਾ ਕੇ ਨਹੀਂ ਹਟ ਜਾਂਦੇ। ਸੋ ਇਹ ਕਹਿੰਦਾ ਇਕੱਲਾ ਰੋਟੀ ਨਾਲ, ਯਿਸੂ ਮਸੀਹ ਕਹਿੰਦੇ ਆ ਇਕੱਲਾ ਰੋਟੀ ਨਾਲ ਨਹੀਂ ਜੀਣਾ ਹੈਗਾ, ਬਟ ਸਾਡੇ ਆਤਮਾ ਨੂੰ, ਸਾਡੀ ਨੇਚਰ ਨੂੰ ਪ੍ਰਭੂ ਦੇ ਬਚਨ ਦੀ ਲੋੜ ਆ। ਆਮੇਨ। ਇਸ ਵੇਲੇ ਜਿਹੜੀ ਚੀਜ਼ ਵਾਸਤੇ ਤੁਸੀਂ ਨੇਚਰ ਰੱਖ ਰਹੇ ਆ, ਉਹ ਤੁਹਾਨੂੰ ਖਿਲਾਉਣ ਦੀ ਜ਼ਰੂਰਤ ਆ, ਆਪਣੇ ਆਪ ਨੂੰ ਪਾਉਣ ਦੀ ਅੰਦਰ ਜ਼ਰੂਰਤ ਆ। ਜੇ ਅਸੀਂ ਨਾ ਪਾਈ, ਜੇ ਅਸੀਂ ਕੱਲ੍ਹ ਖਾਧਾ ਸੀਗਾ, ਉਹ ਨੇਚਾ ਹੁਣ ਕਾਇਮ ਨਹੀਂ ਰਹਿ ਗਈ ਹੈਗੀ। ਪਾਸਟਰ ਜੀ ਜਦੋਂ ਕਹਿੰਦੇ ਆ ਵੀ ਸਾਨੂੰ ਅੰਦਰ ਪਾਉਣ ਦੀ ਲੋੜ ਆ, ਕੀ ਪਾਉਣਾ? ਅੰਦਰ ਰੋਟੀ ਨਹੀਂ ਪਾਉਣੀ, ਪ੍ਰਭੂ ਦੇ ਬਚਨ ਪਾਉਣੇ ਆ। ਹਾਂਜੀ, ਪ੍ਰਭੂ ਦੇ ਬਚਨ ਪੜ੍ਹਨੇ ਆ, ਥੈਂਕ ਯੂ, ਸੁਣਨੇ ਆ, ਫਿਰ ਉਹਦੇ ਨਾਲ ਸਾਡੀ ਨੇਚਾ ਕਾਇਮ ਰਹਿੰਦੀ ਆ। ਆਮੇਨ, ਆਮੇਨ। ਓਕੇ ਜੀ, ਸੋ ਅਸੀਂ ਰੋਟੀ ਨਾਲ ਨਹੀਂ ਕੱਲੇ ਜੀਂਦੇ ਰਹਿੰਦੇ, ਪਰ ਪ੍ਰਭੂ ਦਾ ਬਚਨ ਪੜ੍ਹ ਕੇ ਉਹਨਾਂ ਨੂੰ ਅੰਦਰ ਲਿਜਾ ਕੇ ਅਸੀਂ ਜੀਂਦੇ ਰਹਿੰਦੇ ਹਾਂ। ਆਮੇਨ। ਯੇਸੂ ਮਸੀਹ ਨੇ ਆਪ ਇੱਦਾਂ ਸਾਨੂੰ ਦੱਸਿਆ ਸੀਗਾ। ਓਕੇ, ਸੋ ਬਾਈਬਲ ਵੀ ਸਾਨੂੰ ਇੱਦਾਂ ਹੀ ਦੱਸਦੀ ਹੈ ਬਈ ਸਾਨੂੰ ਬਚਨ ਦੇ ਨਾਲ ਸਾਡੀ ਨੇਚਰ ਚੱਲਦੀ ਹੈ। ਰੋਮੀਓ ਦੀ ਕਿਤਾਬ ਦਾ 10ਵਾਂ ਚੈਪਟਰ ਤੋਂ ਉਹਦੀ 17ਵੀਂ ਆਇਤ ਦੇ ਵਿੱਚ ਦੱਸਦਾ ਆ। ਹਾਂਜੀ, ਰੋਮੀਓ 10ਵਾਂ ਚੈਪਟਰ 17ਵੀਂ ਆਇਤ, ਰੋਮਨਸ ਚੈਪਟਰ 10 ਵਰਸ 17। ਸੋ ਪ੍ਰਤੀਤ ਸੁਣਨ ਦੇ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਪ੍ਰਤੀਤ ਜਾਂ ਫੇਥ ਜਾਂ ਨੇਚਰ ਸੁਣਨ ਦੇ ਨਾਲ ਆਉਂਦੀ ਆ, ਪ੍ਰਭੂ ਦੇ ਬਚਨ ਦੇ ਸੁਣਨ ਦੇ ਨਾਲ ਆਉਂਦੀ ਆ। ਸੋ ਇਹਦਾ ਕੀ ਮਤਲਬ? ਤੁਹਾਨੂੰ ਉੱਚੀ ਉੱਚੀ ਪੜ੍ਹਨਾ ਪੈਣਾ ਜਾਂ ਉੱਚੀ ਉੱਚੀ ਕੰਨ ਥਾਣੀ ਸੁਣਨਾ ਪੈਣਾ ਆ। ਜ਼ਰੂਰੀ ਸ਼ਾਊਟ ਨਹੀਂ ਕਰਨਾ, ਪਰ ਮੂੰਹੋਂ ਨਿਕਲੇ ਬਚਨ ਤੁਹਾਡੇ ਅੰਦਰ ਜਾਵੇ। ਆਮੇਨ। ਓਕੇ, ਸੋ ਜ਼ਰੂਰ ਤਾਂ ਅਸੀਂ ਉਹ ਬਚਨ ਨੂੰ ਕਾਇਮ ਰੱਖੀਏ, ਉੱਦਾਂ ਨੇਚਰ ਕਾਇਮ ਰਹਿੰਦੀ ਆ। ਪਰ ਕਈ ਵਾਰ ਅਸੀਂ ਸੋਚਦੇ ਹਾਂ ਮੇਰੀ ਨੇਚਰ ਬਹੁਤ ਥੋੜ੍ਹੀ ਆ, ਇਹ ਹੀ ਮੇਰੀ ਪ੍ਰੋਬਲਮ ਆ, ਮੇਰੇ ਕੋਲ ਨੇਚਰ ਪ੍ਰਭੂ ਦਿੱਤੀ ਥੋੜ੍ਹੀ ਆ। ਪਰ ਯੇਸੂ ਮਸੀਹ ਸਾਨੂੰ ਦੱਸਦੇ ਆ ਸਾਨੂੰ ਬਾਹਲੀ ਫੇਥ ਦੀ ਲੋੜ ਨਹੀਂ ਹੈਗੀ। ਵੀ ਡੋਂਟ ਨੀਡ ਅ ਗ੍ਰੇਟ ਫੇਥ ਟੂ ਰਿਮੂਵ ਮਾਊਂਟਨਸ, ਥੋੜ੍ਹੀ ਜਿਹੀ ਦੀ ਲੋੜ ਆ, ਜਿੰਨੀ ਕੁ ਤੁਹਾਡੇ ਕੋਲ ਹੈਗੀ ਆ। ਰਾਈਕ ਦੇ ਦਾਣੇ ਜਿਹੜੇ ਵੀ ਹੈਗੇ ਆ ਉਹ ਵੀ ਬਹੁਤ ਆ, ਕਿ ਬਸ ਥੋੜ੍ਹੀ ਜਿਹੀ ਚਾਹੀਦੀ, ਪਰ ਉਹਨੂੰ ਕੰਮ ਕਰਾਉਣਾ ਪੈਂਦਾ, ਉਹਨੂੰ ਚਾਲੂ ਰੱਖਣਾ ਪੈਂਦਾ। ਸੋ ਆਪਾਂ ਲੂਕਾ ਦੀ ਕਿਤਾਬ ਉਹਦਾ 6ਵਾਂ ਚੈਪਟਰ ਉਹਦੀ 17ਵਾਂ ਚੈਪਟਰ ਤੋਂ ਉਹਦੀ 6ਵੀਂ ਆਇਤ ਪੜ੍ਹਾਂਗੇ। ਲੂਕ ਚੈਪਟਰ 17 ਵਰਸ 6। ਹਾਂਜੀ, ਲੂਕਾ ਚੈਪਟਰ 17 ਅਤੇ 6 ਆਇਤ ਆਪਾਂ ਪੜ੍ਹਦੇ, ਇੱਥੇ ਇੱਦਾਂ ਲਿਖਿਆ ਆ, ਪਰ ਪ੍ਰਭੂ ਨੇ ਆਖਿਆ, ਜੇ ਤੁਸੀਂ ਵਿੱਚ ਰਾਈ ਦੇ ਦਾਣੇ ਸਮਾਨ ਨੇਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉੱਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ, ਅਤੇ ਉਹ ਤੁਹਾਡੀ ਮੰਨ ਲੈਂਦਾ। ਆਮੇਨ। ਕੀ ਹੋਇਆ? ਉਹ ਕਹਿੰਦਾ ਤੁਹਾਡੇ ਕੋਲ ਜ਼ਿਆਦਾ ਨੇਚਾ ਨਹੀਂ ਜਾਂਦੀ, ਕਿਉਂਕਿ ਰਾਈ ਜਿਹੜਾ ਸਾਰਿਆਂ ਨਾਲ ਬੀ ਹੁੰਦਾ, ਸਾਰਿਆਂ ਨਾਲ ਛੋਟਾ ਉਹ ਹੁੰਦਾ ਆ, ਅਤੇ ਉਹ ਕਹਿੰਦਾ ਜੀ ਉਨੀ ਵੀ ਤੁਹਾਡੇ ਕੋਲ ਨੇਚਾ ਹੁੰਦੀ ਅਤੇ ਤੁਸੀਂ ਇਸ ਰੁੱਖ ਨੂੰ ਕਹਿਣਾ ਸੀਗਾ। ਸੋ ਕੀ ਕਹਿ, ਸਾਨੂੰ ਨੇਚਾ ਦੇ ਚੱਲਣਾ ਪੈਣਾ, ਕਹਿਣਾ ਪੈਣਾ ਆ, ਕਰਨਾ ਪੈਣਾ ਆ, ਆਟੋਮੈਟਿਕਲੀ ਨਹੀਂ ਹੋਣਾ। ਉਹ ਕਹਿੰਦਾ ਤੁਸੀਂ ਕੀਤਾ ਨਹੀਂ ਹੈਗਾ, ਕਿ ਨੇਚਾ ਹੈਗੀ ਆ ਪਰ ਉਹਨੂੰ ਚਲਾਇਆ ਨਹੀਂ ਹੈਗਾ, ਉਹਦੇ ਬਾਰੇ ਕੁਛ ਕੀਤਾ ਨਹੀਂ, ਉਹਨੂੰ ਕੁਛ ਕਹਿਣਾ ਪੈਣਾ ਆ। ਸੋ ਇੱਥੇ ਸਾਨੂੰ ਯੇਸੂ ਮਸੀਹ ਬਹੁਤ ਕਲੀਅਰਲੀ ਬਾਰੇ ਦੱਸ ਰਹੇ ਆ, ਯੂਜ਼ ਯੋਰ ਫੇਥ, ਯੂਜ਼ ਯੋਰ ਬਲੀਵਿੰਗ ਇਨ ਦਾ ਰਾਈਟ ਡਾਇਰੈਕਸ਼ਨ। ਓਕੇ, ਬੋਲਣ ਦੇ ਨਾਲ। ਸੋ ਇਹ ਸੀਗਾ ਸਾਡੀ ਚੌਥੀ ਚੀਜ਼ ਜਿਹੜੀ ਅਸੀਂ ਸਿੱਖਦੇ ਹਾਂ। ਪੰਜਵੀਂ ਚੀਜ਼ ਜਿਹੜੀ ਅਸੀਂ ਸਿੱਖਦੇ ਹਾਂ, ਕੀਪਿੰਗ ਯੋਰ ਫੇਥ ਸਟਰੋਂਗ, ਆਪਣੀ ਨੇਚਰ ਨੂੰ ਕਾਇਮ ਰੱਖਣਾ ਜਾਂ ਸਟਰੋਂਗ ਰੱਖਣਾ, ਮਜ਼ਬੂਤ ਰੱਖਣਾ, ਉਦੋਂ ਹੀ ਵਧੀਆ। ਥੈਂਕ ਯੂ ਸਰ। ਸੋ ਮਜ਼ਬੂਤ ਕਿੱਦਾਂ ਰੱਖ ਸਕਦੇ ਹਾਂ? ਹਾਊ ਕੈਨ ਵੀ ਕੀਪ ਇਟ ਸਟਰੋਂਗ? ਬਚਨ ਆਪਾਂ ਨੂੰ ਸਭ ਕੁਛ ਸਿਖਾਉਂਦਾ ਆ, ਅਤੇ ਜੇ ਅਸੀਂ ਬਚਨ ਦੇ ਵਿੱਚੋਂ ਦੇਖਾਂਗੇ ਤਾਂ ਅਸੀਂ ਉਹਨੂੰ ਸਟਰੋਂਗ ਰੱਖ ਸਕਦੇ। ਸੋ ਕਿੱਦਾਂ ਸਟਰੋਂਗ ਰੱਖਦੇ? ਰੋਮੀਓ ਦੀ ਕਿਤਾਬ ਫੇ ਉਹਦਾ ਚੌਥਾ ਚੈਪਟਰ, ਰੋਮਨ ਚੈਪਟਰ 4 ਵਰਸ 20 ਦੇ ਵਿੱਚ ਲਿਖਿਆ ਆ, ਇਬਰਾਹਿਮ ਨੇ ਕਿੱਦਾਂ ਆਪਣੀ ਨੇਚਰ ਨੂੰ ਸਟਰੋਂਗ ਰੱਖਿਆ ਸੀ। ਰੋਮੀਆ ਚੈਪਟਰ 4 ਵਰਸ 20, ਰੋਮਨਸ ਚੈਪਟਰ 4 ਵਰਸ 20, ਇੱਥੇ ਇੱਦਾਂ ਲਿਖਿਆ, ਪਰੰਤੂ ਪਰਮੇਸ਼ੁਰ ਦੇ ਵਚਨ ਦੀ ਵੱਲੋਂ
उन्हें बेपरतीत नाल शंका ना कीती, सगों नेचा विच तकड़िया होके उन्हें परमेश्वर की बड़ियाई कीती। हमें की करता सी हो नेचर नु स्ट्रोंग करने वास्ते आमेन। He did not waver at the promise of God through unbelief. Okay. But what did he do? But he strengthened his faith. Nature nu strong rakhya, kaim rakhya by giving glory to God. Amen. Jad oh udeek riya si, hale oda jawab nahi aaya si. Yes. Oh ki karda si? Oh prabhu da dhanwad karda si. ਮੈਂ ਤੇਰਾ ਬਹੁਤ ਧੰਨਵਾਦ ਕਰਦਾ, ਤੂੰ ਮੈਨੂੰ ਬਹੁਤ ਔਲਾਦ ਦੇਣੀ ਆ, ਮੈਂ ਤੇਰਾ ਧੰਨਵਾਦ ਕਰਦਾ, ਜਿੱਦਾਂ ਤੂੰ ਮੈਨੂੰ ਦੱਸਿਆ ਸੀ ਉਦਾਂ ਹੀ ਹੋ ਰਿਹਾ ਹੈ। ਸੋ ਕੀ ਹੋਇਆ, ਰੋਜ਼ ਉਹ ਪ੍ਰਭੂ ਦਾ ਧੰਨਵਾਦ ਕਰਦਾ ਹੈ। ਸੋ ਪੰਜਵੀਂ ਚੀਜ਼ ਅਸੀਂ ਇਹ ਸਿੱਖਦੇ ਹਾਂ, ਸਾਨੂੰ ਨੇਚਾ ਰੱਖਣ ਨੂੰ ਸਟਰੋਂਗ ਰੱਖਣ ਨੂੰ ਸਾਨੂੰ ਧੰਨਵਾਦ ਕਰਨ ਦੀ ਜ਼ਰੂਰਤ ਆ। ਹੋ ਸਕਦਾ ਤੁਸੀਂ ਰੋਂਦੇ ਹੋਵੋ, ਬਹੁਤ ਮੈਂ ਸੁਣਿਆ, ਮੈਂ ਰੋ ਰੋ ਕੇ ਪ੍ਰੇ ਕੀਤੀ। ਓਕੇ, ਨੇਚਾ ਅਸੀਂ ਰੋ ਰੋ ਕੇ ਨਹੀਂ ਰੱਖਦੇ ਹੈਗੇ, ਨੇਚਾ ਅਸੀਂ ਵਡਿਆਈ ਪ੍ਰਭੂ ਦਾ ਕਰਕੇ ਰੱਖਦੇ ਹਾਂ, ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਫਿਰ ਸਾਡੀ ਨੇਚਰ ਸਟਰੋਂਗ ਹੁੰਦੀ ਆ। ਆਮੇਨ। ਸੋ ਆਪਾਂ ਦੇਖਦੇ ਹਾਂ ਇਹਦੇ ਵਿੱਚੋਂ, ਪਹਿਲਾਂ ਰੋਮੀਓ ਵੀ ਆਪਾਂ 4:20 ਦੇ ਵਿੱਚ ਦੇਖਿਆ ਸੀ, 1 ਅੱਜ ਦੇ ਵਿੱਚ ਹੋਰ ਦੇਖਦੇ ਹਾਂ, 13 ਹਬਰਾਨੀਅਨ, ਹੀਬਰੂਸ ਚੈਪਟਰ 13 ਵਰਸ 15 ਐਂਡ 16, ਹੀਬਰੂਸ ਚੈਪਟਰ 13 ਵਰਸ 15 ਐਂਡ 16 ਆਪਾਂ ਦੇਖਦੇ ਹਾਂ ਕਿੱਦਾਂ ਅਸੀਂ ਆਪਣੀ ਨੇਚਰ ਨੂੰ ਸਟਰੋਂਗ ਰੱਖਦੇ ਹਾਂ। ਹਾਂਜੀ, ਇਬਰਾਨੀਆਂ ਉਹਦਾ 13ਵਾਂ ਚੈਪਟਰ ਅਤੇ ਉਹਦੀ 15 ਅਤੇ 16 ਆਇਤ, ਹੀਬਰੂਸ ਚੈਪਟਰ 13 ਵਰਸ 15 ਐਂਡ 16। ਸੋ ਅਸੀਂ ਉਹਦੇ ਦੁਆਰਾ ਉਸਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ। ਪਰ ਭਲਾ ਕਰਨੋ ਅਤੇ ਪਰ ਉਪਕਾਰ ਕਰਨੋ ਨਾ ਭੁੱਲਿਓ, ਕਿਉਂਕਿ ਅਜਿਹੀਆਂ ਬਲੀਦਾਨਾਂ ਤੋਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ। ਆਮੇਨ ਆਮੇਨ। ਕੀ ਸਾਨੂੰ ਦੱਸਦਾ, ਕਹਿੰਦਾ ਧੰਨਵਾਦ ਦਾ ਬਲੀਦਾਨ ਦਿਓ। ਉਹਦਾ ਕੀ ਮਤਲਬ ਹੁੰਦਾ, ਜਦੋਂ ਸਾਡਾ ਜੀ ਨਹੀਂ ਕਰਦਾ ਹੈਗਾ ਪ੍ਰਭੂ ਦਾ ਧੰਨਵਾਦ ਕਰਨ ਨੂੰ, ਅਸੀਂ ਫੇਰ ਵੀ ਕਰਨਾ। ਆਮੇਨ। ਜਦੋਂ ਸਭ ਕੁਝ ਠੀਕ ਜਾ ਰਿਹਾ ਹੈ ਉਹ ਤਾਂ ਆਪਾਂ ਸਾਰੇ ਧੰਨਵਾਦ ਕਰ ਲੈਂਦੇ ਹਾਂ, ਪਰ ਜਦੋਂ ਅਸੀਂ ਕਿਸੇ ਚੀਜ਼ ਵਾਸਤੇ ਬਲੀਵ ਕਰਦੇ ਹਾਂ ਤੇ ਉਹ ਪੂਰੀ ਨਹੀਂ ਹੋਈ ਹੈਗੀ ਹੱਲੇ, ਉਹ ਸੈਕਰੀਫਾਈਸ ਹੁੰਦਾ ਹੈ, ਉਹ ਬਲੀ ਹੁੰਦੀ ਆ। ਜਦੋਂ ਸਾਡਾ ਮੂੰਹ ਖੋਲਣ ਨੂੰ ਜੀ ਨਹੀਂ ਕਰਦਾ, ਸਾਡੇ ਸਰੀਰ ਦੇ ਵਿੱਚ ਦਰਦ ਪੈਂਦਾ ਆ, ਜਾਂ ਸਾਡੇ ਪੈਸੇ ਸਾਡੀ ਜੇਬ ਖਾਲੀ ਆ ਅਤੇ ਸਾਨੂੰ ਪੈਸਿਆਂ ਦੀ ਲੋੜ ਆ, ਸਾਨੂੰ ਨਿਆਣੇ ਭੁੱਖੇ ਬੈਠੇ ਆ, ਉਦੋਂ ਧੰਨਵਾਦ ਕਰਦੇ ਆ, ਉਹਨੂੰ ਬਲੀ ਸਾਦੇ ਆ। ਸੋ ਸਾਨੂੰ ਇੱਥੇ ਦੱਸਦਾ ਆ, ਅਸੀਂ ਪ੍ਰਭੂ ਦੀ ਵਡਿਆਈ ਕਰਦੇ ਰਹਿਣਾ, ਧੰਨਵਾਦ ਕਰਦੇ ਰਹਿਣਾ ਆ, ਉਹਦੇ ਨਾਲ ਸਾਡੀ ਨੇਚਰ ਸਟਰੋਂਗ ਹੁੰਦੀ ਆ, ਉਹਦੇ ਨਾਲ ਸਾਡੀ ਨੇਚਰ ਨਰੋਈ ਬਣਦੀ ਆ। ਆਮੇਨ। ਛੇਵੀਂ ਚੀਜ਼ ਆਪਾਂ ਦੇਖਦੇ ਹਾਂ ਜਿਹੜੀ ਸਾਨੂੰ ਦੱਸਦੀ ਆ ਬਈ ਅਸੀਂ ਕਿੱਦਾਂ ਆਪਣੀ ਨੇਚਰ ਨੂੰ ਸਟਰੋਂਗ ਰੱਖ ਸਕਦੇ, ਕਿੱਦਾਂ ਅਸੀਂ ਆਪਣੀ ਨੇਚਰ ਨੂੰ ਕਾਇਮ ਰੱਖ ਸਕਦੇ ਹਾਂ, ਜਾਂ ਕਿੱਦਾਂ ਅਸੀਂ ਚੈੱਕ ਕਰਦੇ ਹਾਂ ਹਾਲੇ ਅਸੀਂ ਨੇਚਰ ਦੇ ਵਿੱਚ ਹੀ ਚੱਲਦੇ ਹਾਂ। ਛੇਵੀਂ ਚੀਜ਼ ਹੈਗੀ ਆ, ਆਰ ਯੂ ਵੋਕਿੰਗ ਇਨ ਲਵ, ਤੁਸੀਂ ਪਿਆਰ ਦੇ ਵਿੱਚ ਚੱਲਦੇ ਹਾਂ। ਪਿਛਲੇ ਹਫ਼ਤੇ ਆਪਾਂ ਇਹਦੇ ਬਾਰੇ ਬਹੁਤ ਦੇਖਿਆ ਸੀ, ਸੋ ਇਸ ਹਫ਼ਤੇ ਆਪਾਂ ਬਾਹਲਾ ਨਹੀਂ ਦੇਖਣਾ ਹੈਗਾ, ਪਰ ਇਹ ਇੰਪੋਰਟੈਂਟ ਬਹੁਤ ਆ, ਬਹੁਤ ਜ਼ਿਆਦਾ ਖਾਸ ਆ, ਕਰਕੇ ਤੁਹਾਡੀ ਜਿਹੜੀ ਮਾਊਂਟਨ ਮੂਵਿੰਗ ਫੇਜ਼ ਆ ਉੱਥੇ ਹੀ ਸਟੱਪ ਹੋ ਜਾਣੀ ਆ ਜੇ ਤੁਸੀਂ ਪਿਆਰ ਦੇ ਵਿੱਚੋਂ ਚੱਲਣੋਂ ਹਟ ਗਏ। ਇਸ ਹਫ਼ਤੇ ਹੀ ਮੈਂ ਕਿਸੇ ਨੂੰ ਵਿਜ਼ਿਟ ਕਰਨ ਗਿਆ ਸੀਗਾ ਅਤੇ ਉਹ ਹਲੇ ਬਲੀਵਰ ਨਹੀਂ ਸੀਗੇ, ਪਰ ਉਹ ਪੈਰਾਲਾਈਜ਼ ਸੀ, ਅਤੇ ਜਦੋਂ ਮੈਂ ਉਹਦੇ ਵਾਸਤੇ ਪ੍ਰੇ ਕਰਦਾ ਤਾਂ ਮੇਰੇ ਹਰ ਵੇਲੇ ਮੇਰੇ ਮਾਇੰਡ ਦੇ ਵਿੱਚ ਇਹੀ ਆ ਜਾਂਦਾ, ਮੇਰੇ ਦਿਲ ਦੇ ਵਿੱਚ ਇਹੀ ਆ ਜਾਂਦਾ, ਬਿਟਰਨੈਸ ਬਿਟਰਨੈਸ ਕੜਤੋਂ ਆ ਉਹਦੇ ਦਿਲ ਦੇ ਵਿੱਚ ਕੜਤੋਂ ਆ। ਕਈ ਵਾਰੀ ਅਸੀਂ ਸਹੀ ਹੁੰਦੇ ਹਾਂ, ਕਈ ਵਾਰੀ ਅਸੀਂ ਗਲਤੀ ਵੀ ਕਰ ਸਕਦੇ ਹਾਂ। ਸੋ ਮੈਂ ਉਹਨੂੰ ਭੈਣ ਨੂੰ ਕਿਹਾ, ਮੈਂ ਕਿਹਾ ਭੈਣ ਵੀ ਗੁੱਸਾ ਨਾ ਕਰੀ, ਪਰ ਮੈਨੂੰ ਵਾਰ ਵਾਰ ਜਦੋਂ ਮੈਂ ਤੁਹਾਡੇ ਵਾਸਤੇ ਪ੍ਰੇ ਕਰਦਾ ਤੁਹਾਡੇ ਬਾਰੇ ਸੋਚਦਾ, ਮੇਰੇ ਕੋਲ ਮੈਨੂੰ ਆਉਂਦੀ ਤੁਹਾਡੇ ਦਿਲ ਦੇ ਵਿੱਚ ਕੜਤੋਂ ਆ। ਅਤੇ ਉਹ ਰੋਣ ਲੱਗ ਪਈ, ਕਹਿੰਦੀ ਇੱਦਾਂ ਹੀ ਆ। ਮੈਂ ਕਿਹਾ ਪਹਿਲਾਂ ਤੁਹਾਨੂੰ ਇਹ ਕੱਢਣੀ ਪੈਣੀ ਆ, ਫਿਰ ਤੁਸੀਂ ਠੀਕ ਹੋਣ ਲੱਗਣਾ, ਫਿਰ ਅਸੀਂ ਪ੍ਰੇ ਕਰ ਸਕਦੇ ਹਾਂ ਤੁਹਾਡੇ ਵਾਸਤੇ। ਸੱਚੀ ਕੀ ਹੁੰਦਾ, ਉਹ ਜਿਹੜੀ ਚੀਜ਼ ਆ ਜਦੋਂ ਅਸੀਂ ਅਨਫਰਗਿਵਨੈਸ ਵਿੱਚ ਪਿਆਰ ਵਿੱਚ ਨਹੀਂ ਚੱਲਦੇ, ਅਨਫਰਗਿਵਨੈਸ ਦੇ ਵਿੱਚ ਆ, ਉਹ ਸਟੱਪ ਕਰ ਦਿੰਦੀ ਆ। ਜਿਹਦੇ ਉੱਤੇ ਅਸੀਂ ਬਿਟਨੈਸ ਰੱਖੀ ਹੋਈ ਆ, ਜੇ ਤੇ ਅਸੀਂ ਗੁੱਸਾ ਰੱਖਿਆ ਆ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਹੋ ਸਕਦਾ ਉਹਨਾਂ ਨੂੰ ਪਤਾ ਵੀ ਨਾ ਹੋਵੇ।
ओके पर जिहड़ी असीं जिहदे वास्ते बिलीव करदे माउंट रिमूविंग फेस वास्ते वह ब्लॉक हो गए, सानूं पता नहीं लगदा हैगा भी वह ठीक है सारे, मेरी प्रार्थना कहते बुक ब्लॉक हो जाती है। ओके हो सकता करके तुसी प्यार विच नहीं चलते हैगे, मैनू नहीं पता हैगा, तुसी ये होली स्पिरिट नूं पुछना, प्रभु नूं पुछना, थोड़ा दिखा देना, पर जदों दिखा लिया उहदे बहाने नहीं बनाने हैगे, पर उदों ही डिसाइड कर लेना यू रेडी टू वॉक इन फेथ, मैं कैम या मैं रेडी हाँ, मैं हुण चलना है। तो जदों असी फैसला कर लैंदे हाँ, फिर वो भैन मैं ही दस्या, मैं कहा जे तुसी रेडी आ तो प्रभु ने थानू जोर दे देना, थानू ताकत दे देनी, उन्होंने माफ़ करनू भी जिन्हें थोड़ा दिल दिखाया, जिन्हें थानू तंग किया, तो उन्हें ठीक कर देना सब कुछ। तो सच्ची भैन ने इंजुआ दे नाल प्रे की, तो उन्हें प्रभु को माफ़ी मंगी, तो मैं यकीन रखदा पे भरोसा रखदा वो हुण प्यार दे चलती आ, हुण ओपन आ, हुण खुली आ, जिथे प्रभु दे वल्लों हीलिंग उन्हां दे शरीर विच आ सकदी आ। थोड़े जिहड़े वास्ते तुसी चीज़ वास्ते बिलीव करते हैं, जदों तुसी इहनूं मूव करता, जदों तुसी प्यार दी जगह विच आ गए, तो तुसी भी ठीक हो जाना। अमें मैं कई बार ये कहानी दसदा ना, इत्थे मैं दसण लई फिर दसदा, कोई पास्टर सी, बहुत मन्निया पास्टर सीगा, जिहड़ी चर्च नूं चलाउंदा सी उह, ते उत्थे एक भैण आउंदी हुंदी सीगी, ते उहदे 8 सालां दी कुड़ी सी, ते उह पास्टर नूं कहिंदी, पास्टर जी मेरे घर आए हो किसे दिन? वो कहिंदा कोई नहीं, मैं इस हफ्ते तुहानूं विजिट करन आऊँगा। ते कहिंदी सी मैं कोई गल्लबात करनी है, कहिंदी ठीक है। ते जदों प्रे करदा है, वो कहिंदा प्रभु दे नाल गल्लां करदा, कहिंदा पास्टर जी मैं प्रभु जी मैनूं सद्या, मैं कोई जाना भी, तुहाडे कोई उहदे वास्ते मैसेज हैगा? ते वो प्रभु कहिंदा, कहिंदा उहने तैनूं कहिणा मेरी कुड़ी वास्ते प्रे कर, करी ना, उहनूं कहीं प्यार दे विच चल, बस कहिंदा होर किसी चीज़ की लोड़ नहीं। वो जाता सच्ची, हुण चाह चू बनाई, चाह पीते हैं, गल्लां बातें करते हैं, ते जो थोड़ी टाइम लंघ गया तां वो कहिंदी, पास्टर जी मैं तुहानूं तां सद्या सी, मेरी कुड़ी नूं गसियां पैंदियां आ, ते जिथे मर्जी डिग पैंदी आ, गसियां पैण लग पैंदियां, ते कहिंदी मैं बहुत प्रे कीती पर ठीक नहीं हुंदी, मैं तुहानूं सद्या वी तुसीं इहदे वास्ते प्रे करो। वो कहिंदा, भैण मैं प्रे नहीं करनी तेरी कुड़ी वास्ते, पर मैं तैनूं दस देना तैनूं की करना पैणा। वो कहिंदी की करना पैणा? वो कहिंदा तू प्यार दे विच चल। कहिंदी हाँ जी, मैं अज तो प्यार में चलूंगी। उदों ही उन्हें पास्टर के सामने प्रे की, जिन्हां का गिला सीगा उन्होंने माफ़ किया, तो फिर वो प्रे की, अज तो ला के मैं प्यार में चलना, तो चलती है प्यार में चलती है। तो 2 साल कोई प्रॉब्लम नहीं हुई, 2 सालों के बाद वो कुड़ी नूं गसी पै गई, इदा लगा भी जिदा गसी पैन लगी होंगी है। हुण पैर थले मारिया जोर ना, कहिंदी शतान नठ जा इत्थों, मैं हले भी प्यार विच ही जाणदी आ। की होया? उस वेले कुड़ी उठ खड़ी, एन ठीक हो गई। सच्ची जदों बैरी साढ़े ते अटैक करदा आ, असीं प्यार में चलते हाँ, तो वह सक्सैसफुल नहीं हुंदा। उन्हें ट्राई करनी है, वह नहीं हटदा, बहुत ठीक आ, पर जदों असीं प्यार में चलते हाँ, उन्होंने दसते हाँ असीं प्यार में चलते हाँ, तो उन्हों स्टप होना पैंदा, उहदे कम्मां नूं स्टप होना पैंदा, उहदे हथियारां नूं बंद करना पैंदा आ। यही आपां नूं बाइबल सिखाउंदी आ। ते आपां गलेशियंस दी किताब उहदा 5वां चैप्टर तों दी 6वीं आयत विच देखदे हां। हांजी, गलातियां उहदा 5वां चैप्टर ते उहदी 6वीं आयत, गलेशियंस चैप्टर 5 वर्स 6। क्यों जो मसीह यीशु विच ना तां कोई सुनत ना ही असुनत तो जो कुछ बणदा है, सगों नेचा तों जेड़ी प्रेम दे राही गुणकार हुंदी। आमेन। फेथ दैट वर्क्स बाय लव। आमेन। पहला वो कमा दिया गल्लां करदा, मेरे को मैं इतों बड़ा, मैं इतों बड़ा, इतों आ इतों ना, वो कहिंदा फेथ वर्क्स बाय लव। आमेन। थोड़ी फेथ ने बंद हो जाना जे तुसी प्यार विचों चलनों हट गया। यस। मेरी फेथ ने बंद हो जाना जे मैं प्यार विचों चलनों हट गया। वो किसी ना भी पक्ष नहीं करते हैगे। ओके सो साढ़े वास्ते जरूरत है। सो इतने वह फेथ बाय वर्क्स बाय लव। सो कि फेथ में कि चलते हैं, इस गलेशियंस 5वें चैप्टर 16वीं आयत में सानू दसते हैं,
Galatians chapter 5 verse 16. ਗਲਾਥੀਆਂ ਦਾ ਪੰਜਵਾਂ ਚੈਪਟਰ ਤੇ 16ਵੀਂ ਆਇਤ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੀ ਵੀ ਪੂਰਿਆ ਨਾ ਕਰੋਗੇ ਆਮੇਨ ਵੋਕ ਇਨ ਦ ਸਪਿਰਿਟ ਟੂ ਵੋਕ ਇਨ ਦ ਸਪਿਰਿਟ ਵੀ ਵੋਕ ਇਨ ਲਵ ਬਿਕੋਜ਼ ਗਾਡ ਇਜ਼ ਲਵ ਆਮੇਨ ਓਕੇ ਸੋ ਕੰਟੀਨਿਊਸਲੀ ਵੀ ਹੈਵ ਟੂ ਵੋਕ ਇਨ ਲਵ ਜਦੋਂ ਵੀ ਅਸੀਂ ਉਤੋਂ ਬਾਹਰ ਨਿਕਲ ਗਏ ਹਾਂ ਅਸੀਂ ਉਸੇ ਵੇਲੇ ਮਾਫ਼ੀ ਮੰਗ ਕੇ ਮੁੜ ਕੇ ਫਿਰ ਉੱਥੇ ਆ ਜਾਣਾ 2 ਸਕਿੰਟ ਲੱਗਣੇ ਸਾਰੇ ओके हर वेले प्यार दे विच रहना है पत्रस भी कहिंदा वह कहिंदा नेरा ना होण दिओ कि जे तुसीं किसी ने गिला रख्या किसी ने गुस्से होए आ नेरा ना कहिंदा होण दिओ पहला ही माफ़ी मांग लिओ पहला ही ठीक कर दिओ करके सानू पता नहीं रात नू की होना सानू पता नहीं कल नू की होना अजे ही अपने आप नू सही रख लेना सो प्रेज़ द लॉर्ड साढ़े वास्ते बहुत सोहना दसता आ ਬਈ ਸਾਨੂੰ ਨੇਚਾ ਵਿੱਚ ਚੱਲਣ ਦੀ ਜ਼ਰੂਰਤ ਆ ਸਾਨੂੰ ਪਿਆਰ ਦੇ ਵਿੱਚ ਚੱਲਣ ਦੀ ਜ਼ਰੂਰਤ ਆ ਬਹੁਤ ਇੰਪੋਰਟੈਂਟ ਆ ਜੇ ਅਸੀਂ ਮਾਊਂਟਨ ਮੂਵਿੰਗ ਫੇਸ ਰੱਖਣਾ ਆ ਸਾਨੂੰ ਪਿਆਰ ਵਿੱਚ ਰਹਿਣ ਦੀ ਜ਼ਰੂਰਤ ਆ ਆਮੇਨ ਸੋ ਸਾਨੂੰ ਇਹ ਚੈੱਕ ਕਰਦੇ ਰਹਿਣਾ ਆ ਆਪਾਂ ਇੱਥੋਂ ਇੱਕ ਹੋਰ ਵਰਸ ਦੇਖਣਾ ਫੇਸ ਰਹਿੰਦੇ ਥੋੜ੍ਹੀ ਜਿਹੀ ਬਾਰੇ ਕੁਛ ਕਹੂਗੀ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰੂੰਗਾ ਅਬਰਾਨੀਅਨ ਦੀ ਕਿਤਾਬ ਉਹਦਾ 11ਵਾਂ ਚੈਪਟਰ ਜਿਹੜੀ ਆਪਾਂ ਨੇਚਾ ਦੇ ਬਾਰੇ ਗੱਲ ਕਰਦੇ ਆਏ ਹਾਂ ਇਹਦੇ ਨਾਲ ਆਪਾਂ ਜਿਹੜਾ 6ਵਾਂ ਲੈਸਨ ਆ ਫਿਨਿਸ਼ ਕਰਨਾ ਸੋ ਇਹਦੇ ਵਿੱਚੋਂ ਆਪਾਂ ਫੇਰ ਪੜ੍ਹਦੇ ਹਾਂ ਕਾਹਤੇ ਨੇਚਾ ਇੰਨੀ ਇੰਪੋਰਟੈਂਟ ਆ ਓਕੇ ਕਰਕੇ ਇੱਥੇ ਬਹੁਤ ਸੋਹਣਾ ਸਾਨੂੰ ਸਿਖਾਲਦਾ ਆਪਾਂ ਜੇ ਅੱਜ ਸੁਰਿੰਦਰ ਨੇ ਪਹਿਲਾਂ ਪੜ੍ਹਿਆ ਵੀ ਸੀਗਾ ਤੁਸੀਂ ਉਹ ਪੜ੍ਹ ਸਕਦੇ ਹਾਂ ਓਕੇ ਸਾਰੀ ਜਿਹੜਾ 11ਵਾਂ ਚੈਪਟਰ ਉਹ ਨੇਚਾ ਦੇ ਬਾਰੇ ਗੱਲਾਂ ਕਰ ਰਿਹਾ ਅਬਰਾਨੀਅਨ ਹੀਬਰੂਜ਼ ਚੈਪਟਰ 11 ਵਰਸ 6 ਪਰ ਜਿਹੜਾ ਸਾਰਾ ਹੀ ਚੈਪਟਰ ਹੈ ਨੇਚਾ ਦੇ ਬਾਰੇ ਗੱਲ ਕਰ ਰਿਹਾ ਅਤੇ ਜ਼ਰੂਰ ਇਹਦੇ ਵਿੱਚ ਟਾਈਮ ਸਪੈਂਡ ਕਰਨਾ ਜੋ ਇਕੱਲੇ ਇਕੱਲੀ ਰਲ ਕੇ ਪੜ੍ਹਨੀ ਆ ਜਿੰਨੇ ਵੀ ਉਹ ਲੋਕਾਂ ਦੇ ਬਾਰੇ ਗੱਲ ਕਰਦਾ ਆ ਉਹ ਨੇਚਾ ਨਾਲ ਪਾਸ ਹੋਏ ਸੀਗੇ ਨੇਚਾ ਨਾਲ ਪ੍ਰਭੂ ਦੇ ਕੋਲ ਗਏ ਸੀਗੇ ਨੇਚਾ ਦੇ ਨਾਲ ਸਭ ਕੁਝ ਹੋਇਆ ਸੀਗਾ ਜਿੰਨੀਆਂ ਵੀ ਚੀਜ਼ਾਂ ਉਹਨਾਂ ਦੇ ਖਿਲਾਫ ਹੁੰਦੀਆਂ ਸੀਗੀਆਂ ਨੇਚਾ ਨਾਲ ਸਟੱਪ ਹੁੰਦੀਆਂ ਸੀਗੀਆਂ ਨੇਚਾ ਦੇ ਨਾਲ ਫਤਿਹ ਪਾਉਂਦੇ ਸੀਗੇ ਸੋ ਇਸ ਕਰਕੇ ਜੀਵਨ ਦੇ ਵਿੱਚ ਫਤਿਹ ਪਾਉਣ ਦੀ ਇੱਕੋ ਹੀ ਰਸਤਾ ਆ ਜਿਹੜਾ ਪ੍ਰਭੂ ਸਾਨੂੰ ਅੱਜ ਸਿਖਾ ਰਿਹਾ ਨੇਚਾ ਰੱਖਣੀ ਮਾਊਂਟਨ ਮੂਵਿੰਗ ਫੇਥ ਓਕੇ ਪੜ੍ਹਿਓ ਤਾਂ ਜੀ ਹਾਂਜੀ ਹੀਬਰੂਸ ਚੈਪਟਰ 11 ਵਰਸ 6 ਇਬਰਾਨੀਆਂ 11ਵਾਂ ਚੈਪਟਰ ਦੇ 6ਵੀਂ ਆਇਤ ਅਤੇ ਨੇਚਾ ਵਾਂਗੂ ਉਹਦੇ ਮਨ ਨੂੰ ਪਾਉਣਾ ਅੰਨ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਵੀ ਉਹ ਹੈ ਨਾਲੇ ਇਹ ਵੀ ਉਹ ਆਪਣੀਆਂ ਤਾਲੀਬਾਂ ਦਾ ਫਲਦਾਤਾ ਹੈ ਆਮੇਨ ਆਮੇਨ ਵਿਦਆਊਟ ਫੇਥ ਇਟ ਇਜ਼ ਇੰਪੋਸੀਬਲ ਟੂ ਪਲੀਜ਼ ਗਾਡ ਉਹ ਇੱਦਾਂ ਨਹੀਂ ਕਹਿੰਦਾ ਥੋੜ੍ਹਾ ਜਿਹਾ ਤੁਸੀਂ ਪਲੀਜ਼ ਕਰ ਸਕਦੇ ਹਾਂ ਜੇ ਤੁਸੀਂ ਬਹੁਤ ਦਾਨ ਕੀਤਾ ਥੋੜ੍ਹੀ ਜਿਹਾ ਉਹਨੇ ਖੁਸ਼ ਹੋ ਜਾਣਾ ਜੇ ਤੁਸੀਂ ਬਹੁਤ ਚੰਗੇ ਰਹੇ ਥੋੜ੍ਹੀ ਜਿਹਾ ਉਹਨੇ ਖੁਸ਼ ਹੋ ਜਾਣਾ ਜੇ ਤੁਸੀਂ ਚਰਚ ਵਿੱਚ ਜਾਂਦੇ ਰਹੇ ਬਹੁਤ ਉਹਨੇ ਖੁਸ਼ ਹੋ ਜਾਣਾ ਨੋ ਨੇਚਾ ਦੇ ਵਿੱਚ ਇਹ ਚੀਜ਼ਾਂ ਕਰਨੀਆਂ ਪੈਣੀਆਂ ਚਰਚ ਵਿੱਚ ਸਾਨੂੰ ਹਰੇਕ ਹਫ਼ਤੇ ਜਾਣਾ ਚਾਹੀਦਾ ਪਰ ਨੇਚਾ ਦੇ ਵਿੱਚ ਸਾਨੂੰ ਪ੍ਰਭੂ ਦੇ ਕੋਲ ਆਪਣਾ 10ਵਾਂ ਹਿੱਸਾ ਦੇਣਾ ਚਾਹੀਦਾ ਪਰ ਨੇਚਾ ਦੇ ਵਿੱਚ ਬਾਈਬਲ ਪੜ੍ਹਨੀ ਚਾਹੀਦੀ ਹੈ ਪਰ ਨੇਚਾ ਦੇ ਵਿੱਚ ਅਸੀਂ ਯਕੀਨ ਰੱਖਦੇ ਪ੍ਰਭੂ ਨੇ ਸਾਡੇ ਨਾਲ ਗੱਲ ਕਰਦੀ ਹੈ ਸੋ ਇੱਥੇ ਵਿਦਆਊਟ ਫੇਥ ਇੱਦਾਂ ਨਹੀਂ ਕਹਿੰਦਾ ਥੋੜ੍ਹਾ ਜਿਹਾ ਇੰਪੋਸੀਬਲ ਆ ਹੋ ਨਹੀਂ ਸਕਦਾ ਹੈਗਾ ਅਨ ਹੋਣਾ ਆ ਇਟ ਕੈਨੋਟ ਹੈਪਨ ਸੋ ਦੇਖੋ ਨੇਚਾ ਕਿੰਨੀ ਜ਼ਰੂਰਤ ਆ ਸਾਨੂੰ ਨੇਚਾ ਰੱਖਣ ਦੀ ਜ਼ਰੂਰਤ ਸੋ ਪ੍ਰੇਜ਼ ਦ ਲੋਰਡ ਇਹਦੇ ਨਾਲ ਮੈਂ ਫਿਨਿਸ਼ ਕਰਨ ਲੱਗਾ ਸੁਰਿੰਦਰ ਦੋ ਬਚਨ ਕਹੂਗੀ ਫਿਰ ਮੈਂ ਪ੍ਰੇ ਕਰੂੰਗਾ ਅਤੇ ਜੇ ਤੁਸੀਂ ਹਾਲੇ ਯੇਸੂ ਮਸੀਹ ਨਹੀਂ ਪਾਇਆ ਹੈਗਾ ਅਤੇ ਫਿਰ ਤੁਹਾਡੇ ਵਾਸਤੇ ਨੇਚਰ ਰੱਖਣੀ ਬਹੁਤ ਔਖੀ ਆ ਸੋ ਪਹਿਲਾਂ ਤੁਸੀਂ ਫਿਰ ਉਹਨੂੰ ਪਾ ਸਕਦੇ ਹਾਂ ਅਤੇ ਫਿਰ ਅਸੀਂ ਉਹਨਾਂ ਵਾਸਤੇ ਵੀ ਪ੍ਰੇ ਕਰਾਂਗੇ ਜਿਨ੍ਹਾਂ ਨੂੰ ਇਸ ਵੇਲੇ ਮਿਰਕਲ ਚਾਹੀਦੀ ਆ ਕਿਉਂਕਿ ਪਰਮੇਸ਼ੁਰ ਮਿਰਕਲ ਵਰਕਿੰਗ ਗਾਡ ਆ ਜੇ ਤੁਹਾਡੇ ਕੋਲ ਇੱਦਾਂ ਦੀ ਲੋੜ ਦੀ ਜ਼ਰੂਰਤ ਆ ਜਿਹੜਾ ਤੁਹਾਨੂੰ ਪਤਾ ਇੱਥੇ ਇਸ ਦੁਨੀਆ 'ਚ ਪੂਰੀ ਨਹੀਂ ਹੋ ਸਕਦੀ ਹੈਗੀ ਪਰ ਪਰਮੇਸ਼ੁਰ ਜੋ ਤੁਸੀਂ ਨੇਚਰ ਆਖਦੇ ਹੋ ਉਹ ਪੂਰੀ ਕਰ ਸਕਦਾ ਮੈਂ ਤੁਹਾਡੇ ਨਾਲ ਰਲ ਕੇ ਪ੍ਰੇ ਕਰੂੰਗਾ ਅਤੇ ਜ਼ਰੂਰ ਪ੍ਰਭੂ ਫਿਰ ਤੁਹਾਡੀ ਮਿਰੈਕੁਲਸਲੀ ਤੁਹਾਡੀ ਜਿਹੜੀ ਪਹਾੜ ਆ ਉਹ ਹਿਲਾਊਗਾ ਓਕੇ ਹਾਂਜੀ ਬਿਲਕੁਲ ਮੈਂ ਇੱਦਾਂ ਸੋਚਦੀ ਹਾਂ ਵੀ ਅਸੀਂ ਇਨਸਾਨ 'ਤੇ ਬਹੁਤ ਵਾਰੀ ਭਰੋਸਾ ਰੱਖ ਲੈਂਦੇ ਹਾਂ ਕਿ ਸਾਨੂੰ ਅਸੀਂ ਇਨਸਾਨ ਨੂੰ ਜਾਣਦੇ ਹੁੰਦੇ ਹਾਂ ਕਿ ਉਹਨੇ ਸਾਡੇ ਵਾਸਤੇ ਇੱਦਾਂ ਕਰ ਦੇਣਾ ਹੈ ਕਿਉਂਕਿ ਸਾਨੂੰ ਉਹਦੇ ਬਾਰੇ ਪਤਾ ਹੁੰਦਾ ਹੈ ਅਤੇ ਪਰਮੇਸ਼ੁਰ ਦੇ ਜਿਹਨੇ ਇਸ ਦੁਨੀਆ ਨੂੰ ਬਣਾਇਆ ਤੁਹਾਨੂੰ ਬਣਾਇਆ ਆਪਾਂ ਸਾਰੇ ਇਹੀ ਕਹਿੰਦੇ ਹਾਂ ਕਿ ਸਭ ਕੁਛ ਪਰਮੇਸ਼ੁਰ ਤੋਂ ਰਚਿਆ ਗਿਆ ਅਤੇ ਉਹਦੇ ਹੱਥ ਵਿੱਚ ਸਭ ਕੁਛ ਹੈਗਾ ਆ
ਸੋ ਸਾਨੂੰ ਉਹਦੇ ਬਾਰੇ ਵੀ ਪਤਾ ਹੈ। ਇਨਸਾਨ ਸਾਨੂੰ ਕਈ ਵਾਰੀ ਲੈਟ ਡਾਊਨ ਕਰ ਸਕਦਾ ਹੈ, ਕਈ ਵਾਰੀ ਨਹੀਂ ਬਹੁਤ ਵਾਰੀ ਹੋ ਸਕਦਾ, ਪਰ ਬਹੁਤ ਚੰਗੇ ਇਨਸਾਨ ਹੈਗੇ ਆ ਜਿਨ੍ਹਾਂ 'ਤੇ ਅਸੀਂ ਭਰੋਸਾ ਰੱਖਦੇ ਹਾਂ ਅਤੇ ਰੱਖਣਾ ਚਾਹੀਦਾ ਵੀ ਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਇੱਥੇ। ਪਰ ਮੇਰਾ ਕਹਿਣਾ ਆ ਜਿਹੜਾ ਪਰਮੇਸ਼ੁਰ ਆ ਉਹ ਝੂਠ ਹੀ ਨਹੀਂ ਬੋਲਦਾ, ਉਹਦੇ ਕੋਲ ਸਾਰੇ ਨਾਲ ਜ਼ਿਆਦਾ ਸ਼ਕਤੀ ਆ। ਜੇ ਉਹਦਾ ਵਚਨ ਕਹਿੰਦਾ ਆ ਕਿ ਮੈਂ ਇੱਦਾਂ ਕਰ ਦਊਂਗਾ ਜਾਂ ਮੈਂ ਤੁਹਾਡੇ ਲਈ ਆਹ ਕੁਛ ਕਰੂੰਗਾ, ਤਾਂ ਫਿਰ ਅਸੀਂ ਸ਼ੰਕਾ ਜਾਂ ਉਹ 'ਤੇ ਵਿਰੋਧ ਕਿਉਂ ਕਰਦੇ ਹਾਂ, ਕਿਉਂ ਨਹੀਂ ਨੇਚਰ ਰੱਖਦੇ? ਕਿਉਂਕਿ ਅਸੀਂ, ਸੱਚੀ ਗੱਲ ਇਹ ਆ, ਅਸੀਂ ਉਹਦੀ ਸਮਰੱਥ ਨੂੰ ਜਾਣਦੇ ਨਹੀਂ, ਪਛਾਣਦੇ ਨਹੀਂ। ਅਸੀਂ ਸਾਰੇ ਲੋਕਾਂ 'ਤੇ ਭਰੋਸਾ ਨਹੀਂ ਰੱਖਦੇ, ਥੋੜ੍ਹਿਆਂ 'ਤੇ ਰੱਖਦੇ ਹਾਂ ਜਿਨ੍ਹਾਂ ਦਾ ਪਤਾ ਵੀ ਜੇ ਮੈਂ ਉਹਦੇ ਕੋਲੋਂ ਕੁਛ ਮੰਗਿਆ ਤਾਂ ਉਹਦੇ ਕੋਲ ਹੋਇਆ ਤਾਂ ਉਹ ਮੈਨੂੰ ਦੇ ਦੇਣਾ ਹੈ, ਜੇ ਉਹਦੇ ਕੋਲ ਹੋਇਆ। ਆਮੇਨ। ਅਤੇ ਸਾਨੂੰ ਇੱਦਾਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਕੋਲ ਸਭ ਕੁਛ ਹੈਗਾ ਹੈ। ਆਮੇਨ। ਸੋ ਅਸੀਂ ਉਹਦੀ ਸ਼ੱਕ ਬੈਰੀ ਪਾਉਂਦਾ ਆ ਕਿ ਹੋ ਸਕਦਾ ਤੁਹਾਨੂੰ ਇੱਥੋਂ ਨਾ ਮਿਲੇ। ਪਹਿਲੀ ਰੁਕਾਵਟ ਇਹ ਆ ਕਿ ਅਸੀਂ ਉਹਦੀ ਸਮਰੱਥ ਨੂੰ ਪਛਾਣਦੇ ਨਹੀਂ ਹੈਗੇ, ਅਸੀਂ ਉਹਦੇ ਉਹਨੂੰ ਜਾਣਦੇ ਨਹੀਂ ਹੈਗੇ। ਉੱਦਾਂ ਕਹਿੰਦੇ ਆ ਪਰਮੇਸ਼ੁਰ ਹੈਗਾ ਆ ਅਤੇ ਕਹਿੰਦੇ ਆ ਉਹਦੇ ਹੱਥ ਵਿੱਚ ਸਭ ਕੁਛ ਆ, ਉਹ ਜੋ ਚਾਹੇ ਕਰ ਸਕਦਾ ਹੈ। ਜੇ ਉਹ ਕਰ ਸਕਦਾ ਜੋ ਚਾਹੇ, ਤਾਂ ਫਿਰ ਸਾਡੇ ਸਿਚੁਏਸ਼ਨ ਦੇ ਵਿੱਚ ਵੀ ਜੋ ਅਸੀਂ ਮੰਗਦੇ ਹਾਂ, ਜੋ ਸਾਨੂੰ ਚਾਹੀਦਾ ਆ ਇਸ ਦੁਨੀਆਂ ਵਿੱਚ ਰਹਿੰਦੇ ਹੋਏ, ਉਹ ਵੀ ਕਰ ਸਕਦਾ ਆ। ਪਰ ਅਸੀਂ ਉਹਨੂੰ ਸਹੀ ਤਰੀਕੇ ਨਾਲ ਜਾਣਦੇ ਨਹੀਂ, ਪਰ ਲੋਕਾਂ 'ਤੇ ਆਪਣਾ ਭਰੋਸਾ ਜ਼ਿਆਦਾ ਰੱਖਦੇ ਹਾਂ। ਆਮੇਨ। ਦੂਸਰੀ ਚੀਜ਼ ਉਹਦੀ ਕੰਡੀਸ਼ਨ ਵਾ ਕਿ ਜੇ ਤੂੰ ਦੂਜਿਆਂ ਨਾਲ ਪਿਆਰ ਕਰੂੰਗਾ, ਮਾਫ਼ੀ ਦਊਂਗਾ, ਤਾਂ ਤੇਰੀ ਨੇਚਾ ਕੰਮ ਕਰੂਗੀ। ਅਸੀਂ ਕਿਉਂ ਨਹੀਂ ਦੂਜਿਆਂ ਨੂੰ ਮਾਫ਼ ਕਰਦੇ? ਪਤਾ ਕਿਉਂ? ਅਸੀਂ ਆਪਣੇ ਆਪ 'ਤੇ ਜ਼ਿਆਦਾ ਭਰੋਸਾ ਰੱਖਦੇ, ਆਪਣੇ ਆਪ ਨੂੰ ਵਧੀਆ ਸਮਝਦੇ ਹਾਂ ਦੂਜਿਆਂ ਨਾਲੋਂ, ਕਿਉਂਕਿ ਅਸੀਂ ਸੋਚਦੇ ਹਾਂ ਉਹਨੇ ਮੈਨੂੰ ਇੱਦਾਂ ਕਿਹਾ ਤਾਂ ਕਿਉਂ ਕਿਹਾ, ਉਹਨੇ ਮੇਰੇ ਨਾਲ ਇੱਦਾਂ ਖਰਾਬੀ ਕੀਤੀ ਤਾਂ ਕਿਉਂ ਕੀਤੀ, ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਉੱਚਾ ਸਮਝ ਲਿਆ ਹੈ। ਪਰ ਪਰਮੇਸ਼ੁਰ ਦੇ ਮੂਹਰੇ ਅਸੀਂ ਬਹੁਤ ਵਾਰੀ ਉਹਦੇ ਆਖੇ ਨਾਲ ਲੱਗ ਕੇ ਉਹਦੀ ਵੀ ਬੇਇੱਜ਼ਤੀ ਕਰਦੇ ਹਾਂ। ਉਹ ਤਾਂ ਸਾਡੇ ਨਾਲੋਂ ਸੱਚੀ ਉੱਤਮ ਆ ਅਤੇ ਉਹਨੇ ਸਾਡੇ ਪਾਪ ਮਾਫ਼ ਕੀਤੇ ਆ। ਜਦੋਂ ਅਸੀਂ ਪਾਪੀ ਹੀ ਸੀਗੇ ਉਦੋਂ ਹੀ ਉਹਨੇ ਆਪਣਾ ਇਕਲੌਤਾ ਪੁੱਤਰ ਭੇਜਿਆ। ਸੋ ਇਸੇ ਤਰ੍ਹਾਂ ਅਸੀਂ ਵੀ, ਉਹ ਇੱਕ ਪਿਆਰ ਦਾ ਨਿਸ਼ਾਨ ਸੀਗਾ ਕਿ ਪਰਮੇਸ਼ੁਰ ਨੇ ਆਪਣਾ ਪਿਆਰ ਇੱਦਾਂ ਦਿਖਾ ਲਿਆ। ਅਸੀਂ ਬਹੁਤ ਵਾਰੀ ਕਹਿੰਦੇ ਹਾਂ ਬਾਹਰਲਿਆਂ ਨੂੰ, ਤਾਂ ਇੱਕ ਪਾਸੇ ਅਸੀਂ ਘਰਦਿਆਂ ਨੂੰ ਵੀ ਕਹਿੰਦੇ ਮੈਂ ਤੈਨੂੰ ਪਿਆਰ ਕਰਦਾ, ਕਿ ਮੇਰੇ ਹਸਬੈਂਡ ਵਾਈਫ ਵੀ ਇੱਕ ਦੂਜੇ ਨੂੰ ਬੜੇ ਫਲ ਫੁੱਲ ਦਿੰਦੇ ਆ, ਕਾਰਡ ਦਿੰਦੇ ਆ ਜਾਂ ਹੋਰ ਕਿਸੇ ਤਰ੍ਹਾਂ ਡਿਨਰ ਲਿਜਾ ਸਕਦੇ ਆ। ਪਰ ਕੀ ਸੱਚੀ ਇੱਕ ਦੂਜੇ ਦਾ ਪਿਆਰ ਇੰਨਾ ਗੂੜਾ ਹੈਗਾ ਹੈ ਜਿੰਨਾ ਯਿਸੂ ਮਸੀਹ ਦਾ ਸੀ, ਜਿੰਨਾ ਪਿਤਾ ਪਰਮੇਸ਼ੁਰ ਦਾ ਸੀ? ਉਹਨੇ ਦਿਖਾ ਲਿਆ ਆਪਣਾ ਸਭ ਕੁਛ ਦੇ ਕੇ, ਆਪਣੇ ਆਪ ਨੂੰ ਜਲਾਲ ਉੱਤੇ ਤਾਜ ਛੱਡ ਕੇ ਨੀਵਾ ਹੋ ਕੇ ਇਸ ਦੁਨੀਆਂ ਵਿੱਚ ਜਨਮ ਲੈ ਲਿਆ। ਕਿ ਅਸੀਂ ਆਪਣਾ ਆਰਾਮ ਛੱਡ ਕੇ, ਆਪਣੀ ਮੈਂ ਛੱਡ ਕੇ ਦੂਜਿਆਂ ਨੂੰ ਮਾਫ਼ ਕਰ ਸਕਦੇ? ਫਿਰ ਕੀ ਹੋ ਗਿਆ ਜੇ ਉਹਨੇ ਮੈਨੂੰ ਇੱਦਾਂ ਦੇ ਰੋਂਗ ਅੱਖਰ ਕਹਿਤੇ? ਪਰ ਵਾਲੀ ਵਾਲੀ ਅਸੀਂ ਵੈਰੀ ਸਾਡਿਆ, ਅਸੀਂ ਉਹਨੂੰ ਪਛਾਣਦੇ ਨਹੀਂ। ਵੈਰੀ ਸਾਡੇ ਸੋਚਾਂ ਦੇ ਵਿੱਚ ਰੋਂਗ ਵੀ ਬੀਜ ਜਾਂਦਾ ਹੈ। ਤਾਂ ਹੀ ਸਾਨੂੰ ਬਚਨ ਸੁਣਨ ਦੀ ਲੋੜ ਆ, ਬਚਨ ਅੰਦਰ ਲੈ ਕੇ ਜਾਣ ਦੀ ਲੋੜ ਆ, ਤਾਂ ਕਿ ਪਤਾ ਲੱਗੇ ਕਿ ਜਦੋਂ ਅਸੀਂ ਹੀ ਪਾਪੀ ਸੀਗੇ, ਅਸੀਂ ਵੀ ਪਾਪੀ ਸੀਗੇ। ਅਤੇ ਮੈਂ ਕਹਿੰਦੀ ਹਾਂ ਮੈਨੂੰ 48 ਈਅਰਸ ਹੋ ਗਏ, 48 ਸਾਲ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੇ ਜੀਵਨ 'ਚ ਸੱਦਿਆ। ਮੈਂ ਹਾਲੇ ਤੱਕ ਵੀ ਇਹ ਕਹਿ ਸਕਦੀ ਹਾਂ ਕਿ ਮੇਰੇ ਤੋਂ ਬਹੁਤ ਵਾਰੀ ਗਲਤੀਆਂ ਹੁੰਦੀਆਂ ਆ, ਕਈ ਵਾਰੀ ਮੈਂ ਦੂਜਿਆਂ ਦੇ ਦਿਲ ਵੀ ਦਿਖਾ ਦਿੰਦੀ ਹਾਂ, ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਮੈਨੂੰ ਕੁਛ ਕਹਿੰਦਾ ਆ। ਪਰ ਜਦੋਂ ਵੀ ਮੈਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਬੈਠਦੀ ਹਾਂ ਅਤੇ ਮੈਨੂੰ ਪਵਿੱਤਰ ਆਤਮਾ ਜੀ ਕਹਿੰਦੇ ਆ ਕਿ ਆਹ ਸਹੀ ਨਹੀਂ ਹੈਗਾ, ਉਹ ਬਹੁਤ ਜੈਂਟਲ ਆਉਂਦੇ ਆ। ਅਸੀਂ ਸੋਚਦੇ ਖਰੇ ਬਹੁਤ ਧਮਾਕੇ ਨਾਲ ਪ੍ਰਭੂ ਯਿਸੂ ਮਸੀਹ ਦੇ ਆਤਮਾ ਨੇ ਆਉਣਾ ਮੈਨੂੰ ਦੱਸਣ, ਬਾਜਿਆਂ ਨਾਲ ਆਉਣਾ ਆ ਜਾਂ ਸ਼ੋਰ ਦੇ ਵਿੱਚ ਆਉਣਾ ਆ। ਨਹੀਂ, ਉਹ ਬਹੁਤ ਜੈਂਟਲੀ ਤੁਹਾਨੂੰ ਦੱਸਦਾ ਹੈ। ਉਹ ਕੰਡੈਮ ਨਹੀਂ ਕਰਦੇ ਹੈਗੇ, ਦੋਸ਼ ਨਹੀਂ ਲਾਉਂਦੇ, ਪਰ ਦੱਸਦੇ ਆ। ਸਾਨੂੰ ਪਤਾ ਲੱਗ ਜਾਂਦਾ ਆ ਅਸੀਂ ਗਲਤ ਹੋ, ਅਤੇ ਫਿਰ ਉਸ ਵੇਲੇ ਸਾਨੂੰ ਮਾਫ਼ੀ ਮੰਗਣ ਦੀ ਲੋੜ ਪੈਂਦੀ ਆ। ਅਤੇ ਕਈ ਵਾਰੀ
बहुत सारे भैन भरा इदा भी कहते मैं सब नू ही माफ़ कर दिता है। माफ़ करने ले भी सानू आपां चैक कर सकते हैं। जे अज भी मैं हर्ट हुंदी हाँ जदों पास्टर जी मैनू कुछ कहिंदे आ तो फिर मैं कहिंदी हाँ मैं माफ़ कीता आ तो अंदरों मेरे हाले भी हर्ट वा सो मैं माफ़ नहीं कीता। माफ़ यीशु मसीह जी जदों साढ़े पाप माफ़ करदे हो कहिंदे मैं इदां साफ़ कर दिंदा आ कि मैनू चेता ही नहीं रहिंदा। मैनू जे किसी ने गलत किया आ मैं वह 10 सालों बाद भी जे चेता रख्या आ 5 सालों बाद 2 महीनों बाद अगले नू चितारदे आ तो यदा मतलब हाले भी वह दिल में हैगा है पाप। सो सानू यह चाहिए आ जो असी कहने असी माफ कर दिता फगिव एंड फगैट मतलब उतो होना नहीं चाहिए दिल में। पर मैं नहीं पता थोड़े दिल के इदा हों कि नहीं पर मेरे दिल के फिर भी वह चीज़ा आ जाए मैं कन्फेस कर दी हूँ थोड़े सामने पर प्रभु आ सू कृपा देंगे आ कि असी दूजे माफ़ करिए प्यार करिए। असी सारे कमजोर हो तो वो शक्ति नाल वो थानी असी सब कुछ कर सकते हैं जेड़ा सानू बल दिंदा। सो इस करके आप जे अपने जीवन दे विच फतेह वाला जीवन रहना है सानू नेचर भी बचना की नॉलेज तो होगी तो नेचर रख रख सकते हैं। जे सानू पता होगा पिता परमेश्वर की शक्ति की आ तो उहदे ते नेचर तो ही रख सकते हैं। जे असी दूजे नू माफ़ करांगे तो ही साढ़े विच प्यार भी आ सकता है। आमेन। ये सारिया चीज़ा इदा है जिदा एक संगल जे तुसी स्ट्रोंग करना है तो उहदी कड़ियाँ एंड स्ट्रोंग जुड़िया रहन। कल्ली नेचा माफ़ी प्यार कल्ले कल्ले तो सारे कह देंगे पर यह सारा कट्ठा ही काम करता है। आमेन। आमेन। सो आप इन बड़े ध्यान नाल इस बचन नू सुनना तो एक दिन की खुराक नहीं हैगी ये रोज़ रोज़ सानू बैरी डेगदा आ ते रोज़ रोज़ प्रभु सानू चकदे आ। जान बुझ के असी गलती ना करिए जान बुझ के अपने दिल में घुंडी ना रखिए जे अनजाने हो गई है तो प्रभु नू पता आ तो जो वह साढ़े तो रिवील कर दिंदा पवित्र आत्मा जेंटली तो उस वेले असी माफ़ी मंग लीए तो जिहड़ी चीज़ वाले प्रार्थना करते हैं। ऐसे ही हफ्ते किसी वालों मैनू इदा आई कि किसी ने टेस्टिमनी दी मेरे घर के बहुत बड़े प्रभु ने काम कर दिते 2 दिनों के बाद उस घर के फिर बैरी ने एक समान पाता फिर वह कैन पता नहीं मैं किधर नू जावा। जो सानू नहीं पता किधर नू जाना इक्को ही रास्ता है क्योंकि यीशु मसीह कहते राह सच्चाई तो जीवन मैं हाँ। सो सानू उहदे वल नू ही मुड़ना पैना है उहो ही सानू जीवन दे सकदा उहो ही सानू राह दिखा सकदा है उहो ही सानू सच्चाई दिखा सकदा तो फिर असी बैरी दे नाल उहदे वचना दे नाल जिहड़ा प्रभु दे वचन आ उहदे नाल बैरी का सामना कर सकदे ते उह हार सकदा है। आमेन। प्रेज़ द लॉर्ड। ओके आपां हुण प्रे करदे हां। जे तुसीं हाले जीसस नूं नहीं पाया हैगा पापां दी माफ़ी नहीं मिली उहदे बेटे बेटियां नहीं बने मैं हुण प्रे करनी हां तुसीं मेरे नाल प्रे कर सकदे हां ते तुसीं सहमत हो सकदे हां ते प्रभु तुहानूं अपने बेटियां बेटे बना लूगा। आमेन। पाप माफ़ कर दूगा ते तुहानूं अपने बना लूगा। आयो पहलां असीं तुहाडे वास्ते प्रे करदे हां जिहड़े इस वेले परमेश्वर दे नाल रब दे नाल रिश्ता ठीक करना चाहुंदे हां। इत्थे आपां मज़हब चेंज करन दी जां आपां किसी उधर उधर कर दी नहीं गल करते हैं आप एक ही गल कर रहे कि कर रहे हैं परमेश्वर के नाम रिश्ता ठीक करते वो कला यीशु मसीह का आया करके उन्हें साढ़े पापा की कीमत देती सी। आ जाओ आप प्रे करिए। थैंक यू फादर। स्वर्ग भी ताही थोड़ा धन्यवाद थोड़ी बड़ियाई करते हैं जिन्हें भी भैन भरा इस वेले मैंने सुन रहे हैं उन्होंने बिचों तुम बहुत गल कर रहे हैं स्वर्गविता जिन्हों का रिश्ता थोड़े ना ठीक नहीं है तो स्वर्गुतो उन्होंने भी वह इस वेल पता लगता करके उन्होंने दिल के कुछ हो रहा है तो स्वर्गुतो अपना रिश्ता थोड़े ना ठीक करना चाहते हैं तो स्वर्गुतो असी थोड़े को मंगते हैं उन्होंने पाप माफ़ कर दौ करके यीशु मसीह ने उन्होंने पाप उन्होंने कमजोरिया उन्होंने जो भी खराब चीज़ा सी सारिया क्रॉस उत्ते चक लिया तो मार खाण ना तो स्वर्गुतो उन्होंने माफ़ी मिलती है। इस करके स्वर्गविता असं बहुत थोड़े धनवादी हैं यीशु मसीह ने कीमत देती है जिन्हें भी इस वेले मैंने सुन रहे तो बिलीव करते हैं स्वर्गविता इस वेले थोड़े मोहरे दुहाई दे रहे हैं तो स्वर्गविता उन्होंने आवाज़ में सुनो उन्होंने माफ़ कर दो तो स्वर्गविता उन्होंने अपने बेटे बेटियां बना लो। अज तो ला के तुम उन्होंने पिता जी हाँ
ते स्वर्ग पिता ओ थोड़े बेटे बेटिया असी बहुत थोड़ा धन्यवाद थोड़ी बड़ियाई येसु मसीह के नाम विच करते हैं आमेन। हुण आपां उन्हां वास्ते प्रे करांगे जिन्हां नूं इस वेले मिरकल की लोड़ है, उन्हां दे सामने एक पहाड़ वंग चीज़ खड़ी है जिहड़ी किसी तरह मूव नहीं हो सकती, किसी तरह लोड़ पूरी नहीं हो सकती, पर परमेश्वर मिरकल वर्किंग परमेश्वर है, वो कोई ना कोई रास्ता इस वेले थोड़े वास्ते बना सकता। तो मैं प्रे करदा तो प्रभु थोड़ी मदद करूँगा। थैंक यू फादर। स्वर्ग पिता अं थोड़ा धन्यवाद थोड़ी बड़ियाई करते हैं, जिन्हें भी भैन भरा इस वेले मैनू सुन रहे हैं स्वर्ग पिता उन्होंने कृपा करो, जिन्हों इस वेले मिरकल की लोड़ आ, जो फाइनैंशियल मिरकल हो, हीलिंग मिरकल हो, स्वर्ग पिता परिवार के कोई गड़बड़ पई हुई है, स्वर्ग पिता होर कोई मिरकल की लोड़ आ, पर उन्होंने मिराकुलसली इस वेले मिरकल की लोड़ आ। तुसी एक मिरकल वर्किंग परमेश्वर आ, इस करके स्वर्ग पिता असी येसु मसीह के नाम जिदा वो बिलीव कर रहे हैं जज मैं उन्होंने दसिया तो स्वर्ग पिता मैं भी अपनी फेथ उन्हें ला लाना है, मैं येसु मसीह के नाम मंगता उन्हों दियां लोड़ां इस वेले पूरियां होण, जे बीमारियां होण येसु मसीह के नाम छड़ के चल जा, जे शैतान ने घसमैन पाया येसु मसीह के नाम परिवारों के निकल जाए, जे डिप्रैशन ओप्रैशन के थले आ येसु मसीह के नाम टुट जाए। स्वर्ग पिता असीं तुहाडा धन्नवाद तुहाडी वडियाई येसु मसीह दे नाम विच करदे हां। आमेन आमेन आमेन। प्रेज़ द लॉर्ड। प्रभु दा पा धन्नवाद करदे हां। सच्ची तुसीं इन्हां गल्लां ते ध्यान रखियो कि प्रभु आपां नूं कदी लैट डाउन नहीं करदे हैगे, ते हमेशा अपने नाल वा, ते हमेशा उह चाहुंदे आ कि असीं सुखी दा जीवन रहिए। कई वारी सानूं कई चीज़ां कई आदतां छड्डणियां पैंदियां है, उह लई सानूं प्रभु दी कृपा चाहीदी है। आमेन। ते प्रभु कृपा वाला परमेश्वर वा उस सानू बहुत प्यार करते हैं, थानू बहुत प्यार करते हैं, ते वो चाहते नहीं कोई भी नाश हो, सचमुच उन्हों का दिल ही है। आप इस दुनिया के माँ बाप होंगे हुए आप भी नहीं चाहते साडे बच्चे कोई रोंग काम कर, कोई गलत काम कर, कोई उन्होंने सज़ा मिले, तो फिर उदू बद के जोड़ा पिता परमेश्वर जोड़ा इस दुनिया को बनाने वाला मैनू थानू बनाने वाला, तो वह कि खराबी कर सकता है, पर सानू कई चीज़ा छड़ के उदे वल नू आउण दी लोड़। आमीन आमीन आमीन। सो आपां मोले हफ्ते सॉरी इस संडे 3:30 बजे चर्च विच मिलांगे, ते 3:30 बजे फ्राइडे नू फिर बाइबल स्टडी ते मिलांगे, इक्को ही कंडीशन ते जे येसु मसीह जी वापस ना आ गए जां सानू ना लैके गए। आमीन हालेलुया। सो दो तरह हो सकता है, असी भी इस दुनिया नूं छड्ड के जा सकते हैं, तो पिता परमेश्वर जी येसु मसीह जी भी अपने लोगों नूं कट्ठे करन लई आ सकते हैं। आमीन। सो उन्ने चिर लई आपां एक दूजे तों विदा मंगदे हां, तुहानूं ब्लैसिंग दिंदे हां। आमीन। बी ब्लैस्ड। ते जे येसु मसीह नहीं आए तां आपां फिर मुड़ के मिलदे हां, जे आ गए तां आपां स्वर्गां दे विच जरूर मिलांगे। उम्मीद रखियो, निश्चा रखियो, ते अपने जीवन नूं परमेश्वर दे नाल जोड़ के रखियो। उदों तक लई जय मसीह दी। ब्लेस यू। गॉड ब्लेस।